ਇਹਨਾਂ ਇਹਨਾਂ ਮਾੜਾ ਘੋੜਿਆਂ ਦਾ ਕੰਮ ਹੈ ਨਹੀਂ ਐਨੇ ਮਾੜੇ ਜਿਹੜੇ ਘੋੜਿਆਂ ਵਾਲੇ ਉਹ ਖੁਦ ਆਪ ਵੀ ਹੈ ਨਹੀਂ ਕਾਟਾ ਲਿਆਂਦਾ ਸੀ ਕੋੜ ਕਾਟਾ ਨਾਮੀ ਘੋੜਾ ਸੀ ਹਾਂਜੀ ਠੀਕ ਆ ਸਾਡੇ ਕੋਲ 41 ਲੱਖ ਰੁਪਏ ਦਾ ਲਿਆਂਦਾ ਸੀ ਪੂਰਾ 53 ਲੱਖ ਰੁਪਏ ਦਾ ਵੇਚਿਆ ਉਹਦੇ 'ਚ ਇੱਕ ਪੈਸੇ ਦਾ ਵੀ ਕੋਈ ਝੂਠ ਨਹੀਂ ਆ ਮੇਰਾ ਮੁੱਢਾ ਖੜਾ ਜੀ ਕਸਮ ਖਾ ਕੇ ਕਹਿੰਦਾ ਮੈਂ ਵਾਹਿਗੁਰੂ ਘੋੜਾ 50000 ਦਾ ਵੀ ਆ ਘੋੜਾ ਕਰੋੜ ਦਾ ਵੀ ਆ ਘੋੜਾ 50 ਲੱਖ ਦਾ ਵੀ ਆ ਜੀ ਮੇਲਿਆਂ ਤੇ ਘੂੜੀਆਂ ਘੋੜੇ ਲੈ ਜਾਂਦੇ ਨੇ ਆਪਣੇ ਉਹ 8-9 ਲੱਦ ਕੇ ਲੈ ਜਾਂਦੇ ਨੇ ਤੇ 8-9 ਹੀ ਲੱਦ ਕੇ ਮੋੜ ਲਿਆਉਂਦੇ ਨੇ ਘੋੜੇ ਰੱਖਣ ਵਾਲੇ ਆ ਕੋਈ ਬੋਲੇ ਕੋਈ ਨਾ ਬੋਲੇ ਲੋਕਾਂ ਦੇ ਮਨ ਤੇ ਕਹਿਰੀ ਸੱਟ ਲੱਗੀ ਐ ਇਸ ਗੱਲ ਦੀ ਅਖੀਰ ਨੂੰ ਆਪਾਂ ਉਹਦਾ ਤੱਤ ਕੱਢੀਏ ਹਾਂਜੀ ਤੱਤ ਤਾਂ ਇਹ ਨਿਕਲਦਾ ਲੈ ਉਹ ਬੰਦਾ ਲਾਲਚੇ ਚ ਫਸ ਗਿਆ ਥੋੜੇ ਨਿਗਾ ਦੇ ਵਿੱਚ ਕੋਈ ਹੁਣ ਤੱਕ ਇਹੋ ਜਿਹਾ ਆਇਆ ਵੀ ਜੇ ਕਿਸੇ ਬੰਦੇ ਨੇ ਕੋਈ ਘੋੜਾ ਰੱਖਿਆ ਹੋਵੇ ਜਾਂ ਕੋਈ ਘੋੜਿਆਂ ਦੇ ਕਿੱਤੇ ਚ ਆਇਆ ਹੋਵੇ ਉਹਨੇ ਕਦੇ ਸੁਸਾਈਸਾਈਡ ਅਟੈਂਪਟ ਕਰ ਲਿਆ ਹੋਵੇ 50000 ਦੀ ਨੂੰ ਹੁਣ ਕੋਈ 50 ਲੱਖ ਦੀ ਲਖਰੀਦ ਨਹੀਂ ਲਾਊਗਾ ਨਾ ਬਿਲਕੁਲ ਜੀ ਆ ਸ਼ੌਂਕੀ ਸਰਦਾਰ ਨੇ ਬੜਾ ਸੋਹਣਾ ਕੰਮ ਕੀਤਾ ਵੀ ਇਹਨੇ ਘੋੜੇ ਵਾਲਾ ਦੀ ਪੋਲ ਖੋਲਤੀ ਮਤਲਬ ਕਿ ਕਿਸੇ ਬੰਦੇ ਨੂੰ ਫੋਕਰੇ ਕਹੋ ਕਿਸੇ ਨੇ ਟੈਂਟ ਲਾ ਲਿਆ ਜਾਂ ਕੋਈ ਗੱਲ ਇਹ ਤਾਂ ਗੱਲ ਉਹਨਾਂ ਨੂੰ ਸੁਭਾਰੀ ਦਿੰਦੀ ਦੇ ਗਿਆ ਗਾਹਾਂ ਕਿਸੇ ਕੋਲ ਜਾ ਕੇ ਭਮੋ ਕਰੋੜਾਂ ਦਾ ਹੋਈ ਭਮਾ ਲੱਖਾਂ ਘੋੜਿਆਂ ਝੋਟੇ ਆ ਪਹਿਲਾਂ ਜਿਹੜੇ ਚੰਗੇ ਚੰਗੇ ਹੁਣ ਘੋੜਿਆਂ ਚ ਆ ਬੰਦੇ ਬਿੱਟੂ ਪਮਾਲ ਹੋ ਗਿਆ ਹੋਰ ਕਈ ਬੰਦੇ ਆ ਪਹਿਲਾਂ ਨਾਰਮਲ ਬੰਦੇ ਹੀ ਸੀ ਘੋੜਿਆਂ ਦਾ ਜਿਹੜਾ ਬਿਜ਼ਨਸ ਉਹ ਕਰੋੜਾਂ ਤੋਂ ਪਾਰ ਹੈਗਾ ਇਹਦੇ ਚ ਕੋਈ ਕੋਈ ਦੂਰਾਈ ਨਹੀਂ ਹੈਗੀ ਇੱਕਦਮ ਤੁਸੀਂ ਇਹ ਤਾਂ ਸ਼ੌਕ ਤੇ ਸੱਟ ਮਾਰਨ ਵਾਲੀ ਗੱਲ ਹਾਂ ਹੁਣ ਦਾਰਾ ਹਰੇਕ ਦੇ ਘਰ ਤਾਂ ਨਹੀਂ ਜੰਮ ਜਾਣਾ ਬਿਲਕੁਲ ਲਵਾਗ ਜਾ ਕਿਤੇ ਦੀ ਹੋਰ ਦੀ ਆਹ ਬੱਚੀਆਂ 4-4 5-5 ਲੱਖ ਰੁਪਏ ਦੀ ਰੂਟੀਨ ਚ ਵਿਕਦੀ। ਵਿਕਦੀ। ਨਾਲੇ ਘੋੜਾ ਜੰਮਦਾ ਮੁਕੱਦਰਾਂ ਨਾਲ। ਜੀ। ਇੱਕਦਮ ਪਹਿਲਾਂ ਤਾਂ ਆਪਾਂ ਘੋੜਿਆਂ ਦੀ ਇੰਟਰਵਿਊਆ ਵੀਰ ਕਰਦਾ ਰਿਹਾ ਇੰਨਾ ਲੰਮੀਆ। ਹਾਂ ਜੀ। ਹੁਣ ਇੱਕਦਮ ਆ ਕੇ ਆਪਾਂ ਕਹਿ ਦਈਏ ਇੰਨੇ ਲੱਖ ਦੇ ਵੇਚਤੇ ਤੇ ਇੰਨੇ ਲੱਖ ਦੇ ਲੈ ਲੈ। ਵੀ ਉਹ ਅੱਜ ਵੀ ਆਰਾਮ ਨਾਲ ਜੇ ਕਿਸੇ ਬੰਦੇ ਨੇ 2.5 ਕਰੋੜ ਰੁਪਏ ਦਾ ਘੋੜਾ ਤੋਂ ਹੱਸ ਕੇ ਆ। ਜਿੰਨੇ ਵੀ ਘੋੜਾ ਇੰਡਸਟਰੀ ਦੇ ਵਿੱਚ ਬੰਦੇ ਨੇ ਸਾਰੇ ਗਪੌੜੀ ਨੇ ਬਹੁਤ ਵੱਡੇ ਪੱਧਰ ਦਾ ਝੂਠ ਬੋਲਦੇ ਨੇ। ਫਿਰ ਤੋਂ ਕੋਈ ਬੰਦਾ ਕਰਦਾ ਭਾਵੇਂ ਉਹ ਡੰਗਰ ਬੱਚੇ ਦੀ ਕਰਦਾ ਹੋਵੇ। ਪਮਾ ਕੋ ਕੁੱਤਿਆਂ ਦਾ ਵਪਾਰੀ ਹੋਵੇ ਜਿਹੜਾ ਸੋਹਣੇ ਲੈਵਲ ਤੇ ਕਰਦਾ ਪਮਾ ਘੋੜਿਆਂ ਦਾ ਕਰਦਾ ਹੋਵੇ ਉਹ ਮੈਨੂੰ ਫੇਸਬੁੱਕ ਤੇ ਮੈਸੇਜ ਕਰ ਲਵੇ ਫੇਸਬੁੱਕ ਤੇ ਆਪਣਾ ਸੇਮ ਚੈਨਲ ਆ ਮੁਸਾਫਿਰ ਬਾਦ ਸਿੰਘ ਇੰਸਟਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਾਂ ਗੱਲ ਕਰਨੀਆਂ ਘੋੜਿਆਂ ਦੇ ਕੱਦ ਦੀ ਨਾਂ ਗੱਲ ਕਰਨੀਆਂ ਘੋੜਿਆਂ ਦੇ نسل ਦੀ ਅੱਜ ਆਪਾਂ ਗੱਲ ਕਰਨੀ ਆ ਘੋੜੇ ਕਰੋੜਾਂ ਦੇ ਵਿਕਦੇ ਨੇ ਸੱਚ ਆ ਜਾਂ ਝੂਠ ਆ ਅੱਜ ਆਪਾਂ ਆਇਆ ਪਿੰਡ ਕਲੇਰਾ ਤੇਜਿੰਦਰ ਸਿੰਘ ਜੀ ਬਿੱਲੂ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਨੇ ਤੇ ਸਰਪੰਚ ਸਾਹਿਬ ਨਾਲ ਅੱਜ ਗੱਲਬਾਤ ਕਰਾਂਗੇ ਇਸ ਟੌਪਿਕ ਤੇ ਵੀ ਜਿਹੜੇ ਸੱਚਾ ਇਹ ਵੀ ਜਿਹੜੇ ਘੋੜੇ ਨੇ 1 ਕਰੋੜਾਂ ਦੇ ਹੈਗੇ ਨੇ ਜਾਂ ਵਸ ਇਹ ਹਵਾ ਦੇ ਵਿੱਚ ਤੀਰ ਛੱਡੇ ਜਾ ਰਹੇ ਨੇ ਤੇ ਬਹੁਤ ਬਹੁਤ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਵੀ ਬਾਜ ਸਿੰਘ ਜੀ ਸਾਡੇ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਧੰਨਵਾਦ ਜੀ ਤੇ ਬਾਕੀ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਜੀ ਘੋੜਿਆਂ ਦੇ ਸੰਬੰਧੀ ਵੀ ਕਰੋੜਾਂ ਦੇ ਵਿਗਦੇ ਨੇ ਜਾਂ ਨਹੀਂ ਵਿਗਦੇ ਜੀ ਇਹ ਵਿਵਾਦ ਵੈਸੇ ਸ਼ੁਰੂ ਹੋਇਆ ਆਪਣੇ ਸੁਖਵਿੰਦਰ ਸਿੰਘਾ ਜੀ ਨਾਲ ਦਾ ਚੈਨਲ ਚੱਲਦਾ ਹੈ ਸ਼ੌਕੀ ਸਰਦਾਰ ਹਾਂ ਜੀ ਹਾਂ ਵੈਸੇ ਉਹਨਾਂ ਦੀ ਆਵਾਜ਼ ਬੜੀ ਸੋਹਣੀ ਆ ਜੀ ਘੋੜਿਆਂ ਬਾਰੇ ਉਹਨਾਂ ਨੇ ਕੰਮ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੀਤਾ ਹੈ ਪਿੱਛੇ ਕਾਫੀ ਅਰਸੇ ਤੋਂ ਕਰ ਰਹੇ ਨੇ ਹਾਂ ਜੀ ਚੰਗੇ ਚੰਗੇ ਘੋੜੇ ਸਾਰੇ ਫਲਮਾਏ ਨੇ ਉਹਨਾਂ ਨੇ ਜੀ ਤੇ ਟੂਰਨਾਮੈਂਟਾਂ ਤੇ ਵੀ ਗਏ ਨੇ ਹਾਂ ਜੀ ਸੋ ਜਿਹੜਾ ਉਹਨਾਂ ਦੀ ਇੰਟਰਵਿਊ ਦੇਖੀ ਆ ਮੈਂ ਉਹ ਦੇਖ ਕੇ ਮੈਨੂੰ ਵੀ ਮਹਿਸੂਸ ਹੋਇਆ ਥੋੜਾ ਜਿਹਾ ਜੀ ਵੀ ਜਿਹੜੀਆਂ ਇਹ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀ ਆ ਬਿਲਕੁਲ ਜੀ ਆਪਾਂ ਇੱਕ ਗੱਲ ਦੇ ਵਿੱਚ ਸਾਰਿਆਂ ਨੂੰ ਲਵੇਟ ਦਈਏ ਹਾਂ ਜੀ ਆਪਾਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੀ ਮੈਂ ਸ਼ੌਕੀ ਸਰਦਾਰ ਵੀਰ ਨੂੰ ਇੱਕ ਰਿਕਵੈਸਟ ਕਰੂੰਗਾ ਹਾਂ ਜੀ ਵੀ ਤੁਸੀਂ ਘੋੜਿਆਂ ਵਾਸਤੇ ਇੰਨਾ ਪਹਿਲਾਂ ਕੰਮ ਕੀਤਾ ਜੀ ਵੀ ਜੇ ਤੁਸੀਂ ਆਪਣੀ ਗੱਲ ਤੇ ਥੋੜੀ ਨਜ਼ਰਸਾਨੀ ਕਰੋ ਹਾਂ ਜੀ ਮੈਂ ਇਹ ਨਹੀਂ ਕਹਿੰਦਾ ਵੀ ਉਹ ਟੋਟਲੀ ਝੂਠ ਬੋਲ ਰਿਹਾ ਤਾਂ ਬਿਲਕੁਲ ਜੀ ਵੀ 100% ਉਹ ਗਲਤ ਕਹਿ ਰਿਹਾ ਹੈ ਜੀ ਇਹ ਪੈਸੇ ਇਹ ਕੰਮ ਸਾਰਿਆਂ ਫੀਲਡਾਂ 'ਚ ਚੱਲਦਾ ਚ ਉਹ ਮੱਝਾਂ ਦਾ ਲੈ ਲੋ ਚੱਕ ਹੋਰ ਬੇਚਨਤਾ ਇਹ ਕੰਮ ਝੂਠ ਸੱਚ ਸਭ 'ਚ ਚੱਲਦਾ ਹਾਂ ਜੀ ਸੋ ਬਾਕੀ ਰਹੀ ਘੋੜਿਆਂ ਦੀ ਗੱਲ ਜੀ ਹੁਣ ਮੈਂ ਹੁਣ ਤੱਕ ਤਿੰਨ ਇੰਟਰਵਿਊ ਮੇਰੀਆਂ ਦੋ ਪ੍ਰਦੀਪ ਨੇ ਇੱਕ ਤੁਸੀਂ ਕਰੀਆ ਹਾਂਜੀ ਜਾਂ ਲਾਸਟ ਚ ਸਵਾਲ ਪੁੱਛਦੇ ਨੇ ਵੀ ਤੁਸੀਂ ਮਤਲਬ ਕਿ ਸਮਾਜ ਨੂੰ ਜਾਂ ਬੱਚਿਆਂ ਨੂੰ ਕੋਈ ਸੇਧ ਦੇਣੀ ਚਾਹੁੰਦੇ ਆਂ ਹਾਂਜੀ ਤਾਂ ਮੇਰਾ ਉੱਤਰ ਇਹ ਹੁੰਦਾ ਬਈ ਕਿਸੇ ਬੰਦੇ ਨੂੰ ਬਿਜ਼ਨਸ ਸਮਝ ਕੇ ਘੋੜਿਆਂ ਚ ਨਹੀਂ ਆਉਣਾ ਚਾਹੀਦਾ ਹਾਂਜੀ ਸ਼ੌਂਕ ਨਾਲ ਆਉਣਾ ਚਾਹੀਦਾ ਪਿਛਲੀ ਵਾਰ ਵੀ ਆਪਾਂ ਜਦੋਂ ਵੀਡੀਓ ਕਰੀ ਸੀ ਤੁਸੀਂ ਉਦੋਂ ਇਹੀ ਕਿਹਾ ਸੀ ਸ਼ੌਂਕ ਜਨੂਨ ਬਾਅਦ ਚ ਬਿਜ਼ਨਸ ਬਦਲ ਜਵੇ ਜੀ ਉਹ ਉਹਦੇ ਬਹੁਤ ਆਧਾਰਨ ਹੈ ਹਾਂਜੀ ਕਈ ਬੰਦੇ ਮੈਨੂੰ ਇੰਟਰਵਿਊ ਦੇ ਕੇ ਫੋਨ ਕਰਦੇ ਆਂ ਦੀ ਘੋੜਾ ਲੈਣਾ ਹੈ ਘੋੜਾ ਕਿੰਨੇ ਦਾ ਮਿਲਦਾ ਹੈ ਜੀ ਮੈਂ ਕਹਿੰਦਾ ਵੀ ਘੋੜਾ 50000 ਰੁਪਏ ਦਾ ਵੀ ਆ ਜੀ ਘੋੜਾ 50 ਲੱਖ ਦਾ ਵੀ ਆ ਜੀ ਠੀਕ ਆ ਜੀ ਮੇਨ ਗੱਲ ਦੇਖੋ ਜੀ ਐ ਆ ਵੀ ਆਪਾਂ ਹੁਣ ਗੱਲ ਕਰੀਓ ਤੁਸੀਂ ਜਿਵੇਂ ਕਿਹਾ ਮੈਂ ਮੈਂ ਵੈਸੇ ਸ਼ੌਂਕੀ ਸਰਦਾਰ ਵੀਰ ਤੂੰ ਹੀ ਇਨਸਪਾਇਰ ਹੋ ਕੇ ਘੋੜੀਆਂ ਦੀ ਵੀਡੀਓ ਕਰਨ ਲੱਗਿਆ ਸੀ ਤੁਹਾਡੇ ਕੋਲੇ ਮੈਂ ਪਿਛਲੀ ਵਾਰੀ ਕਰਕੇ ਗਿਆ ਵੀਡੀਓ ਤੇ ਚਲੋ ਸੋਸ਼ਲ ਮੀਡੀਆ ਨਾਲ ਤਾਂ ਮੈਂ ਕਾਫੀ ਟਾਈਮ ਤੋਂ ਜੁੜਿਆ ਹੋਇਆ ਪਹਿਲਾਂ ਹੀ ਠੀਕ ਹੈ ਤੇ ਮੇਰੇ ਅੰਦਰ ਇੱਕ ਥੋੜਾ ਜਿਹਾ ਜਿਵੇਂ ਮੰਨ ਲਓ ਵੀ ਸੀਗਾ ਵੀ ਭਾਈ ਕਹ ਲੋ ਜਿਹੜਾ ਆਪਣਾ ਪੁਰਾਣਾ ਕਿੱਤਾ ਦੇਖਿਆ ਜਾਵੇ ਆਪਣੀ ਆਪਣੀ ਪੁਸ਼ਤਾਨੀ ਸਵਾਰੀ ਤਾਂ ਇਹੀ ਆ ਜਿਹੜੀ ਪੁਰਾਣੀ ਚੱਲੀ ਜਾਂਦੀ ਆ ਸ਼ਾਹੀ ਸਵਾਰੀ ਕਹ ਲੋ ਹਾਂਜੀ 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 ਬਈ ਮੈਨੂੰ ਸ਼ੌਂਕ ਆ ਵੀ ਮੈਂ ਪੰਜਾਬ ਦੀਆਂ ਪੁਰਾਣੀਆਂ ਲੰਘ ਚੁੱਕੀਆਂ ਚੀਜ਼ਾਂ ਦੇ ਉੱਤੇ ਕੰਮ ਕਰਾਂ ਉਹਨਾਂ ਬਾਰੇ ਜਾਣਾਂ ਤੇ ਜਿੰਨੇ ਆਪਣੇ ਦੇਖਣ ਵਾਲੇ ਸਰੋਤ ਨੇ ਉਹਨਾਂ ਨੂੰ ਦੱਸਾਂ ਤੇ ਮੈਂ ਉਹਨਾਂ ਦੀ ਵੀਡੀਓ ਦੇਖੀ ਤੇ ਉਹਨਾਂ ਦੀ ਵੀਡੀਓ ਦੇਖਣ ਤੋਂ ਬਾਅਦ ਵਿੱਚ ਮੇਰੇ ਦਿਮਾਗ 'ਚ ਆਇਆ ਵੀ ਮੈਂ ਸਰਪੰਚ ਸਾਹਿਬ ਜੀ ਕੋਲ ਜਾਊਂਗਾ ਵੀ ਨਾਲੇ ਤਾਂ ਮੈਂ ਆਪਣੀ ਜੜੀ ਆਪਣੀ ਕੀ ਪਤਾ ਮੈਂ ਹੀ ਗਲਤ ਸੋਚਦਾ ਹਾਂ ਜਾਂ ਜਿਹੜੇ ਲੋਕ ਨੇ ਉਹ ਗਲਤ ਸੋਚਦੇ ਹੋਣ ਵੀ ਕੀ ਪਤਾ ਸ਼ੌਂਕੀ ਸਰਦਾਰ ਵੀਰ ਆ ਜਿਹੜਾ ਉਹ ਸਹੀ ਗੱਲ ਕਰਦਾ ਹੋਵੇ ਤੇ ਮੈਂ ਉਸ ਹੱਬ ਨਾਲ ਤੁਹਾਡੇ ਨਾਲ ਗੱਲ ਕਰਨ ਆਇਆ ਸੀ ਸ਼ੌਂਕੀ ਸਰਦਾਰ ਵੀਰ ਨੇ ਇੱਕ ਗੱਲ ਕਹੀ ਸੀਗੀ ਉਸ ਵੀਡੀਓ ਦੇ ਵਿੱਚ ਵੀ ਜਿਹੜੇ ਘੋੜੇ ਵਾਲੇ ਨੇ ਜਾਂ ਜਿਹੜੇ ਜਿੰਨੇ ਜਿੰਨੇ ਵੀ ਘੋੜਾ ਇੰਡਸਟਰੀ ਦੇ ਵਿੱਚ ਬੰਦੇ ਨੇ ਸਾਰੇ ਗਪੌੜੀ ਨੇ ਬਹੁਤ ਵੱਡੇ ਪੱਧਰ ਦਾ ਝੂਠ ਬੋਲਦੇ ਨੇ ਤੁਸੀਂ ਇਸ ਚੀਜ਼ ਨਾਲ ਕਿੰਨਾ ਕੁ ਸਹਿਮਤ ਹੋ ਦੇਖੋ ਇਹ ਮੈਂ ਵੀ ਸੁਣਿਆ ਮੈਨੂੰ ਵੀ ਦੁੱਖ ਲੱਗਿਆ ਇਸ ਗੱਲ ਦਾ ਜੀ ਵੀ ਘੋੜਿਆਂ ਵਾਲੇ ਫੁਕਰੇ ਨੇ ਜੀ ਘੋੜਿਆਂ ਵਾਲੇ ਮੰਡੀਆਂ 'ਚ ਜਾ ਕੇ ਟੇ ਟੇ ਟੈਂਟ ਲਾਉਂਦੇ ਨੇ ਦੇਖੋ ਜੀ ਜ਼ਮਾਨਾ ਇਹੋ ਜਿਹਾ ਆ ਗਿਆ ਜੀ ਬੰਦੇ ਨੇ ਖਾਣੀ ਤਾਂ ਰੋਟੀ ਹੁੰਦੀ ਹੈ ਬਿਲਕੁਲ ਜੀ ਬਾਕੀ ਜਿਹੜਾ ਆਲੇ-ਦਾਲੇ ਤਾਮ-ਝਾਮ ਆ ਇਹ ਸਾਰੀ ਪਬਲਿਸਿਟੀ ਹੈ ਪਬਲਿਸਿਟੀ ਬਿਲਕੁਲ ਜੀ ਜਿਹੜਾ ਘੋੜਿਆਂ ਦਾ ਕੰਮ ਆ ਹਾਂਜੀ ਇਹ ਵੀ ਮਤਲਬ ਕਿ ਹੋਰ ਕੰਟਰੀਆਂ ਦੇ ਵਿੱਚ ਵੀ ਆਪਣੇ ਬਰੀਡ ਬਚਾਉਣ ਵਾਸਤੇ ਬਹੁਤ ਕੁਝ ਲੋਕ ਕਰ ਰਹੇ ਨੇ ਹਾਂਜੀ ਜੇ ਹੁਣ ਕੋਈ ਚੰਗਾ ਕੰਮ ਕਰ ਰਿਹਾ ਟੈਂਟ ਲਾ ਰਿਹਾ ਉਹ ਆਪਣੇ ਸਿਰ ਤੇ ਲਾ ਰਿਹਾ ਬਿਲਕੁਲ ਜੀ ਘੋੜਿਆਂ ਨੂੰ ਪ੍ਰਮੋਟ ਕਰ ਰਿਹਾ ਬਿਲਕੁਲ ਜੀ ਇੱਕ ਗੱਲ ਹੋਰ ਜੀ ਜੇ ਕੋਈ ਬੰਦੇ ਸ਼ੌਂਕੀ ਸਰਦਾਰ ਨੇ ਵੀ ਕੋਈ ਗੁਲਫਾ ਗੈਂਗ ਦਾ ਪਰਦਾ ਫਾਸ਼ ਕਰਿਆ ਸੀ ਸਭ ਨਾਲੋਂ ਪਹਿਲਾਂ ਹਾਂਜੀ ਉਸ ਤੋਂ ਬਾਅਦ ਇਹਦੀ ਡੇ ਬਾਈ ਡੇ ਦਾ ਕੰਮ ਉੱਤੇ ਆ ਗਿਆ ਹਾਂਜੀ ਹਾਂਜੀ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਪੀ ਜਿਹੜਾ ਘੋੜਿਆਂ ਦਾ ਕੰਮ ਆ ਠੱਗੀ ਜੇ ਬੰਦਾ ਇੱਕ ਵਾਰੀ ਕਰ ਲੂਗਾ ਹਾਂਜੀ ਕਾ بار بار ਨਹੀਂ ਕਰ ਸਕਦਾ ਬਿਲਕੁਲ ਜੀ ਜਿਹੜੇ ਬੰਦੇ ਝੂਠ ਬੋਲਦੇ ਆ ਮੈਂ ਮੰਨਦਾ ਉਹਦੀ ਗੱਲਾਂ ਸਹਿਨਤਾਂ ਵੀ ਜਿਹੜੇ ਕੋਈ 5000 ਦੀ ਚੀਜ਼ ਨੂੰ 50000 ਦੀ ਦੱਸਣਾ ਉਹ ਮਾੜੀ ਆ ਜੀ ਜੇ ਕਰਦੇ ਨੇ ਉਹਨਾਂ ਦਾ ਲੌਂਗ ਰੈਨ ਚੱਲਦਾ ਵੀ ਨਹੀਂ ਬਿਲਕੁਲ ਜੀ ਜਿਵੇਂ ਹੁਣ ਤੁਹਾਨੂੰ ਮੈਂ ਇੱਕ ਦੋ ਉਦਾਹਰਨਾਂ ਦੰਦਾ ਜੀ ਰਾਜਸਥਾਨ ਦੇ ਵਿੱਚ ਸਵਾਈ ਸਿੰਘ ਹਾਂਜੀ ਠੀਕ ਆ ਕੋਲ ਟਾਈਮ ਸੀ ਉਹ ਮੇਲਿਆਂ ਦੇ ਵਿੱਚ ਜਾ ਜਾ ਕੇ ਪੁਸ਼ਕਰ ਲੱਖ 2-2 ਲੱਖ ਦੇ ਬੇਛੇਰੇ ਵੀ ਵੇਚੇ ਉਹਨਾਂ ਨੇ ਹਾਂਜੀ ਫੇਰ ਕੋਈ ਟਾਈਮ ਇਹ ਜਾਬੀ ਆਇਆ ਜੀ ਉਹਨਾਂ ਨੇ ਮਤਲਬ ਕਿ ਸ਼ੁਰੂਆਤ ਵੈਸੇ ਉਹਨਾਂ ਦੀ ਜਦੋਂ ਅਸੀਂ ਘੋੜਾ ਲਿਆਇ ਸੀ ਕਾਲਾ ਕਾਂਟਾ 41 ਲੱਖ ਰੁਪਏ ਦਾ ਲਿਆਇ ਸੀ ਉਦੋਂ ਅੱਛਾ ਜੀ ਹਾਂ ਉਦੋਂ ਆਵਾਜ਼ ਉਹਨਾਂ ਨੇ ਦੋ ਤਿੰਨ ਨਾਮੀ ਘੋੜੇ ਦੇਵ ਜੀ ਠੀਕ ਹੈ ਇਹ ਦੂਜਾ ਸਪਤਾਸ਼ ਕਰੋੜ ਤੇ ਉੱਤੇ ਉੱਤੇ ਵੇਚਿਆ ਅੱਛਾ ਜੀ ਹਾਂ ਦੋਸਤੋਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਸਰਪੰਚ ਸਾਹਿਬ ਜੀ ਕੋਲੇ ਪਹਿਲਾਂ ਕਾਲਾ ਕਾਂਟਾ ਮੈਂ ਪਹਿਲਾਂ ਵੀ ਵੀਡੀਓ ਕਰੀਆ ਮੈਂ ਉਹਦੇ ਚ ਵੀ ਦੱਸਿਆ ਕਾਲਾ ਕਾਂਟਾ ਸਰਪੰਚ ਸਾਹਿਬ ਜੀ ਕੋਲੇ ਅੱਜ ਤੋਂ 5-6 ਸਾਲ ਪਹਿਲਾਂ ਆਇਆ ਸੀ ਤੇ ਇਹ ਕਹਿ ਲਓ ਵੀ ਜਿਹੜੇ ਪੁਰਾਣੇ ਓਨਰ ਨੇ ਕਾਲੇ ਕੰਟ ਦੇ ਉਹ ਸਰਪੰਚ ਸਾਹਿਬ ਜੀ ਆਪ ਨੇ ਤੇ ਇਹ ਖੁਦ 44 ਲੱਖ ਰੁਪਏ ਦਾ ਜੀ ਕਿਹਨਾਂ ਤੁਸੀਂ 44 ਲੱਖ ਦਾ ਲੈ 44 ਲੱਖ ਰੁਪਏ ਦਾ ਜਿਹੜਾ ਘੋੜਾ ਇਹਨਾਂ ਨੇ ਖਰੀਦਿਆ ਸੀ ਤੇ ਆਪਾਂ ਫਿਰ ਵੇਚਿਆ ਕਿੰਨਾ ਦਾ ਸੀਗਾ ਜੀ 53 ਲੱਖ ਰੁਪਏ ਦਾ ਵੇਚਿਆ ਤੇ ਦੇਖੋ ਜੀ ਇੱਕ ਵੱਡੀ ਗੱਲ ਭਲਾ ਵੀ ਅੱਧੇ ਕਰੋੜ ਦਾ ਘੋੜਾ ਖਰੀਦ ਕੇ ਜਣਦੀਆਂ ਅੱਧੇ ਕਰੋੜ ਦਾ ਵੇਚਣਾ ਤੇ ਜੇ ਉਹ ਅੱਜ ਉਸ ਘੋੜੇ ਦਾ ਮੁੱਲ ਕੀ ਤੁਹਾਨੂੰ ਜ਼ਿਆਦਾ ਹੋਊਗਾ ਜੀ ਦੇਖੋ ਹੀ ਹੁਣ ਉਹਦਾ ਇੱਕ ਵਾਰੀ ਫਿਰ ਗੱਲ ਤਾਂ ਉਹ ਕੋਈ ਸਾਕ ਤੋਂ ਫਿਰ ਜਿਹੜੇ ਸ਼ੌਕੀ ਸਰਦਾਰ ਗੱਲ ਕਰ ਰਿਹਾ ਉਹਦੇ ਵੀ ਗੱਲ ਇਹ ਤੇ ਪਰ ਆਉਂਦੀ ਕਈ ਹੁਣ ਉਹ ਕਹਿੰਦੇ ਵੀ ਜਿਹੜਾ ਮੁੱਲ ਲੱਗਦਾ ਜੀ ਠੀਕ ਆ ਘੋੜੇ ਦਾ ਮੁੱਲ ਦਾ ਤਾਂ ਲੱਗਦਾ ਉਸ ਤੋਂ ਹੀ ਪਤਾ ਜਣੀ ਹੁਣ ਜਿਵੇਂ ਉਹਦੇ ਫੀਸ 1 ਲੱਖ ਡੇਢ ਲੱਖ ਰੁਪਈਆ ਹਾਂਜੀ ਡੇਢ ਲੱਖ ਰੁਪਈਆ ਜੀ ਤੇ ਉਹਦੇ ਹਿਸਾਬ ਨਾਲ ਜਣੀ ਮੇਰਾ ਮੰਨਣਾ ਹੈ ਵੀ ਉਹ ਅੱਜ ਵੀ ਆਰਾਮ ਨਾਲ ਜੇ ਕਿਸੇ ਬੰਦੇ ਨੇ 2.5 ਕਰੋੜ ਰੁਪਏ ਦਾ ਘੋੜਾ ਤੋਂ ਹੱਸ ਕੇ ਆ ਹਾਂਜੀ ਦੇ ਦੇ ਲੋ ਜਣਾਂ ਦੀ ਤੁਸੀਂ ਉਸ ਘੋੜੇ ਨੂੰ ਪਹਿਲਾਂ ਆਪਣੇ ਫਾਰਮ ਤੇ ਰੱਖਿਆ ਆਪਾਂ ਨੇ 2-3 ਸਾਲ ਆਪਣੇ ਕੋਲ ਰਿਹਾ ਤੁਹਾਨੂੰ ਉਹਦੀ ਕੁਆਲਿਟੀ ਦਾ ਵੀ ਪਤਾ ਤੇ ਆਪਣਾ ਇਹ ਵੀ ਉਸੇ ਬਲੱਡ ਲਾਈਨ ਦਾ ਆਪਣਾ ਗਫਤਾਬ ਵੀ ਉਹਦਾ ਹੀ ਮੇਨ ਦਾ ਪੁੱਤਰ ਆ ਤੁਸੀਂ ਸ਼ਾਇਦ ਦੱਸਿਆ ਸੀ ਪਿਛਲੀ ਵੀਡੀਓ ਚ ਜਣਾਂ ਦੀ ਤੇ ਜਣਾਂ ਦੀ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਵੀ ਨਿਰਾਪੂਰਾ ਝੂਠ ਨਹੀਂ ਘੋੜਿਆਂ ਦਾ ਜਿਹੜਾ ਬਿਜ਼ਨਸ ਉਹ ਕਰੋੜਾਂ ਤੋਂ ਪਾਰ ਹੈਗਾ ਇਹਦੇ ਚ ਕੋਈ ਕੋਈ ਦੂਰ ਆਈ ਨਹੀਂ ਹੈਗੀ ਪਰ ਉਹਦੇ ਲਈ ਮਿਹਨਤ ਕਰਨੀ ਪੈਂਦੀ ਆ ਜਿਹੜੇ ਬੰਦਿਆਂ ਨੇ ਜੀ ਘੋੜੇ ਮਹਿੰਗੇ ਵੇਚੇ ਨੇ ਜੀ ਉਹਨਾਂ ਦਾ ਪਿੱਛੇ ਬਹੁਤ ਬੜੀ ਉਹਨਾਂ ਦੀ ਜੀ ਮਿਹਨਤ ਮਿਹਨਤ ਦਾ ਹੁਣ ਤੁਸੀਂ ਥੋੜਾ ਚੈਨਲ ਚੱਲਦਾ ਜਿਹੜਾ ਵਧੀਆ ਬੰਦਾ ਮਿਹਨਤ ਕਰੂਗਾ ਉਹਦੇ ਹੀ ਚੱਲਣਾ ਹਾਂਜੀ ਬਿਲਕੁਲ ਹੁਣ ਜੇ ਆਪਾਂ ਇੱਕਦਮ ਪਹਿਲਾਂ ਤਾਂ ਆਪਾਂ ਘੋੜਿਆਂ ਦੀ ਇੰਟਰਵਿਊ ਆ ਵੀਰ ਕਰਦਾ ਰਿਹਾ ਇੰਨਾ ਲੰਮੀ ਆ ਹਾਂਜੀ ਹੁਣ ਇੱਕਦਮ ਆ ਕੇ ਆਪਾਂ ਕਹਿ ਦਈਏ ਤੁਸੀਂ ਨੁਕਸ ਕੱਢੋ ਜੀ ਨੁਕਸ ਜਿੱਥੇ ਤੁਸੀਂ ਇੰਟਰਵਿਊ ਕਰਨ ਜਾਂਦੇ ਤੈਨੂੰ ਘੋੜੇ ਦੇ ਲੱਗਦਾ ਹੈ ਤੁਸੀਂ ਮੌਕੇ ਤੇ ਕਹੋ ਵੀ ਤੁਸੀਂ ਇਹ ਗਲਤ ਬੋਲਦੇ ਹਾਂ ਹਾਂ ਬਿਲਕੁਲ ਹਾਈਟ ਨਹੀਂ ਇੰਨੀ ਠੀਕ ਆ ਯਾ ਯਾਰ ਤੁਸੀਂ ਮੈਨੂੰ ਲੱਗਦੀ ਨਹੀਂ ਇੰਨੀ ਹਾਂ ਜੀ ਠੀਕ ਆ ਇੰਟਰਵਿਊ ਕਰਨ ਤੋਂ ਪਹਿਲਾਂ ਵੀ ਤਾਂ ਆਪਾਂ ਬਹਿਨੇ ਆ ਬੰਦੇ ਨਾਲ ਬਿਲਕੁਲ ਜੀ ਬਿਲਕੁਲ ਅਸਲ ਸਵਾਲ ਜਵਾਬ ਤਾਂ ਪਹਿਲਾਂ ਹੀ ਤੈਹ ਹੁੰਦੇ ਨੇ ਵੀ ਆਪਾਂ ਕੀ ਕਰ ਲੈਨੇ ਹਰ ਇੱਕ ਦੇ ਲਈ ਆ ਪਰ ਜਿਹੜੇ ਨਵੇਂ ਬੱਚੇ ਆ ਉਹ ਡਿਮੋਰਲਾਈਜ਼ ਜੀ ਹੋਨੇ ਆ ਜੇ ਆਪਾਂ ਇੱਕ ਨਾਮ ਐਦਾਂ ਕੋਈ ਗੱਲ ਕਹਿ ਦਈਏ ਆਪਾਂ ਬਿਨਾ ਕਿਸੇ ਪ੍ਰਣਾਮ ਤੋਂ ਗੱਲ ਕਹਿ ਦਈਏ ਜੀ ਬਾਕੀ ਰਹੀ ਗੱਲ ਜੇ ਜਿਹੜਾ ਕੋਈ ਕੰਮ ਕਰਦਾ ਹੈ ਕੰਮ ਤਾਂ ਆਪਾਂ ਆਪਾਂ ਨੂੰ ਸਿਹਤ ਹੈ ਰੇਣੀ ਬਣਦੀ ਆ ਵੀ ਤੁਹਾਨੂੰ ਕਿਸੇ ਪਹਿਲਾਂ ਥੋੜਾ ਜਿਹਾ ਕੰਮ ਦੇ ਵਿੱਚ ਪੈ ਕੇ ਘਸ ਜਾਣਾ ਚਾਹੀਦਾ ਘਸ ਜਾਣਾ ਚਾਹੀਦਾ ਠੀਕ ਹੈ ਫਿਰ ਤੁਹਾਨੂੰ ਕਿਸੇ ਘੋੜੇ ਨੂੰ ਹੱਥ ਪਾਉਣਾ ਚਾਹੀਦਾ ਹਾਂਜੀ ਠੀਕ ਹੈ ਉਹ ਦੇਖਿਆ ਜਾਵੇ ਜਦੋਂ ਸ਼ੌਂਕੀ ਸਰਦਾਰ ਵੀਰ ਨੇ ਜਦੋਂ ਚੈਨਲ ਸ਼ੁਰੂ ਕਰਿਆ ਉਹਨੇ ਵੀ ਪਹਿਲਾਂ ਤਾਂ ਆਪਣੇ ਆਪ ਨੂੰ ਕਸਾਇਆ ਤੇ ਜੇ ਅੱਜ ਉਹਦਾ ਨੌ ਬਣ ਗਿਆ ਤਾਂ ਉਹਨੂੰ ਲੋਕ ਸੁਣਦੇ ਨੇ ਉਹਨੇ ਮਿਹਨਤ ਕੀਤੀ ਆ ਤਾਂ ਸੁਣਦੇ ਨੇ ਤੇ ਜਿਵੇਂ ਉਵੇਂ ਘੋੜੇ ਦਾ ਕੰਮ ਹੈ ਵੀ ਜੇ ਅੱਜ ਆਪਾਂ ਘੋੜੇ ਤੇ ਜਿੰਨਾ ਮਿਹਨਤ ਕਰ ਲਾਂਗੇ ਕੱਲ ਨੂੰ ਉਹਦੀ ਵੈਲਿਊ ਜਾਂਦਾ ਮੁੱਲ ਉਨਾ ਹੀ ਵੱਜੂਗਾ ਉਹ ਉਹ ਨਸਲ ਉਨੀ ਨਖਰ ਕੇ ਮੂਰੇ ਆ ਜਾਂਦੀ ਹੈ ਲੋਕਾਂ ਦੇ ਮਿਹਨਤ ਦੀ ਗੱਲ ਆਪਾਂ ਘੋੜਿਆਂ ਦੀ ਕਰਦੇ ਆ ਜੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਜੀ ਅਸੀਂ ਮੈਂ ਲੁਧਿਆਣੇ ਤੋਂ ਕੁੱਤਾ ਲੈ ਆ ਰੌਟਵੇਲਰ ਜੀ ਕਈ ਸਾਲਾਂ ਦੀ ਗੱਲ ਆ 35000 ਦਾ ਬੱਚਾ ਸਾਨੂੰ ਉਸ ਬੰਦੇ ਨੂੰ ਗਰੇਵਾਲ ਮਤਲਬ ਕਿ ਮਸ਼ਹੂਰ ਬੰਦਾ ਹੋਇਆ ਰੌਡ ਦਾ ਕੰਮ ਕਰਦਾ ਸੀ ਲੁਧਿਆਣੇ ਅੱਛਾ ਜੀ ਉਹਨੂੰ ਦੇਖ ਕੇ ਸਾਨੂੰ ਲੱਗਿਆ ਹਾਂਜੀ ਵੀ ਅਸੀਂ ਵੀ ਇਸ ਲਾਈਨ 'ਚ ਪੈ ਜਾਈਏ ਕੰਮ ਕਰ ਲਈਏ ਕਿ ਅਸੀਂ 85000 ਦੀ ਕੁੱਤੀ ਲੈ ਲਈ ਦੀ 1 45000 ਦੀ ਅੱਛਾ ਠੀਕ ਆ ਪਰ ਸਾਤੋਂ ਨਹੀਂ ਚੱਲੇ ਆ ਹਾਂਜੀ ਠੀਕ ਆ ਅਸੀਂ ਇੱਕਦਮੇ ਮਤਲਬ ਕਿ ਉਹਦੇ ਜਾ ਕੇ ਵੀ ਆ ਦੋ ਤਿੰਨ ਫੀਮੇਲ ਲੈ ਲੈਣੇ ਇੱਕ ਰੱਖ ਲੈਣੇ ਨਾ ਕੁਝ ਨੇ ਨੌ ਬਣਾਉਣਾ ਕਿਸੇ ਮਕਾਮ ਤੇ ਜਾਣਾ ਹੁਣ ਕਿਸੇ ਵੀ ਫੀਲਡ ਚ ਲੈ ਲੋ ਤੁਸੀਂ ਜੀ ਇਹ ਕਿਸੇ ਚੋ ਘੋੜਿਆਂ ਦਾ ਚਾਹੇ ਕੋਲ ਡਾਗ ਰੱਖਦਾ ਜਾਂ ਕੋਈ ਹੋਰ ਕੰਮ ਨਾਲੇ ਦੇਖੋ ਹੁਣ ਡੇ ਬਾਈ ਡੇ ਇੰਨਾ ਮਤਲਬ ਕਿ ਲੋਕ ਜੀ ਮਾਨਸਿਕ ਤੌਰ ਤੇ ਕਈ ਬੰਦੇ ਪਰੇਸ਼ਾਨ ਘੋੜਿਆਂ ਨਾਲ ਬੰਦਿਆਂ ਨੂੰ ਸਕੂਨ ਮਿਲਦਾ ਸਾਡੀ ਗੁਰੂ ਮਹਾਰਾਜ ਦੀ ਸਵਾਰੀ ਰਹੀ ਜਾਏ ਠੀਕ ਆ ਸਾਡੇ ਜਰਨੈਲਾਂ ਨੇ ਜੋਧਿਆਂ ਨੇ ਜੰਗਾ ਵਿੱਚ ਵਰਤਿਆ ਹਰੇਕ ਬੰਦਾ ਇਹਨਾਂ ਕੋਲ ਜਾ ਕੇ ਥੋੜਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦਾ ਹਾਂ ਹਰੇਕ ਬੰਦਾ ਚਾਹੁੰਦਾ ਆਮ ਵੀ ਯਾਰ ਜੇ ਘੋੜਾ ਰੱਖ ਲਈਏ ਕੋਈ ਮਣੀ ਮੋਟੀ ਸਵਾਰੀ ਹੋਊਗੀ ਦੇਖ ਕੇ ਹੀ ਮਨ ਨੂੰ ਇਹ ਹੁੰਦਾ ਹੈ ਬਾਕੀ ਜਿਹੜਾ ਉਹਦਾ ਰੇਟ ਆ ਜਾਂ ਗੱਲ ਇਹ ਆ ਇਹਦਾ ਜਿਹੜਾ ਬੰਦਾ ਹੁਣ ਜੇ ਕੋਈ ਅਣਜਾਣ ਬੰਦਾ ਸਿੱਧਾ ਜਾ ਕੇ ਆਪਣੀ ਗਰਦਨ ਪੜਾ ਲਵੇ ਉਹਦਾ ਜੇ ਫਿਰ ਕਿਸੇ ਦਾ ਕੋਈ ਕਸੂਰ ਨਹੀਂ ਹਾਂਜੀ ਇੱਕ ਇੱਕ ਨਾ ਸ਼ੌਂਕੀ ਸਰਦਾਰ ਵੀਰ ਨੇ ਮੈਂ ਇੰਟਰਵਿਊ ਦੇਖਦਾ ਸੀ ਉਹਨੇ ਕਿਸੇ ਹੋਰ ਮੁੰਡੇ ਜਵਾਕ ਦੇ ਨਾਲ ਬੈਠ ਕੇ ਕਰੀ ਸੀਗੀ ਤੇ ਉਹਦੇ ਚ ਵੀਰਾ ਕਹਿੰਦਾ ਵੀ ਜਿਹੜੇ ਵੱਡੇ ਘੋੜੇ ਵਾਲੇ ਨੇ ਵੱਡੇ ਸਟੱਡ ਫਾਰਮ ਆਣ ਨੇ ਉਹ ਕੀ ਕਰਦੇ ਨੇ ਮੇਲਿਆਂ ਤੇ ਘੂੜੀਆਂ ਘੋੜੇ ਲੈ ਜਾਂਦੇ ਨੇ ਆਪਣੇ ਉਹ 8-9 ਲੱਦ ਕੇ ਲੈ ਜਾਂਦੇ ਨੇ ਤੇ 8-9 ਹੀ ਲੱਦ ਕੇ ਮੋੜ ਲਿਆਉਂਦੇ ਨੇ ਵੀ ਮੰਨ ਲਓ ਵੀ ਆ ਉਹ ਉਹਨੂੰ ਉਹ ਦੇਤੇ ਉਹ ਤੋਂ ਆਪ ਲੈ ਲੈ ਵੀ ਲੋਕਾਂ ਦੀ ਨਿਗਾਹ ਦੇ ਵਿੱਚ ਐ ਹੋ ਜਾਂਦਾ ਵੀ ਭਾਈ ਹਾਂ ਇਹਨਾਂ ਦਾ ਐਨੇ ਲੱਖ ਦੇ ਵੇਚਤੇ ਤੇ ਐਨੇ ਲੱਖ ਦੇ ਲੈ ਲੈ ਵੀ ਉਹ ਹੁੰਦਾ ਕੁਝ ਵੀ ਨਹੀਂ ਅਸਲ 'ਚ ਉਹ ਅਦਲਾ ਬਦਲੀ ਹੁੰਦੀ ਆ ਤੁਸੀਂ ਉਹਦੇ ਬਾਰੇ ਕੀ ਕਹੋਗੇ ਵੀ ਇਹ ਸੱਚ ਆ ਜਾਂ ਕਿਵੇਂ ਆ ਜੇ ਜਿਹਦੇ ਵੀ ਕਦੇ ਕੋਈ ਚੱਕਣਾ ਹੁਣ ਪ੍ਰਦੀਪ ਨੇ ਇੰਟਰਵਿਊ ਕਰੀ ਪਿੱਛੇ ਮੇਰੇ ਕੋਲ ਐਨੇ ਫੋਨ ਆਏ ਜੀ ਬਸ਼ੇਰੀਆਂ ਦੇ ਜਾਂ ਪੁੱਛਣ ਨੂੰ ਜਾਂ ਅਸੀਂ ਰਾਜਸਥਾਨ ਤੋਂ ਘੋੜੀਆਂ ਲਿਆਉਨੇ ਆਂ ਹਾਂਜੀ ਠੀਕ ਆ ਜਿਹੜਾ ਆਪਾਂ ਕਿਸੇ ਤੋਂ ਬਿਨਾ ਆਪਾਂ ਗੱਲ ਕਰੀਏ ਉਹਦਾ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਠੀਕ ਆ ਬਈ ਆਪਾਂ ਕਿਸੇ ਨੂੰ ਉਦਾਂ ਹੀ ਕਹਿ ਦਈਏ ਵੀ ਇਹ ਕੋਈ ਬਿਕਦੇ ਨਹੀਂ ਸਾਰਾ ਕੁਝ ਹੁੰਦਾ ਜਿਹੜਾ ਘੋੜੀਆਂ ਦਾ ਕੰਮ ਹੈ ਬਹੁਤ ਠਹਿਰਾਓ ਵਾਲਾ ਹੈ ਇਹ ਮੱਝਾਂ ਕਾਮਾਂ ਵਾਲਾ ਨਹੀਂ ਵੀ ਅੱਜ ਮੱਝ ਲਿਆਂਦੀ ਦੂਜੇ ਦਿਨ ਅਸੀਂ ਵੇਚਦੀ ਜੀ ਘੋੜਿਆਂ ਚ ਕਾਮਯਾਬ ਉਹੀ ਬੰਦੇ ਆ ਠੀਕ ਆ ਜਿਹੜੇ ਠਹਿਰਾਓ ਰੱਖ ਸਕਦੇ ਆ ਹਾਂਜੀ ਅੱਜ ਘੋੜਾ ਤੁਹਾਡੇ ਕੋਲ ਸ਼ਾਇਦ ਸਾਲ ਬਿਕੇ ਨਾ 2 ਸਾਲ ਨਾ ਬਿਕੇ ਹਾਂਜੀ ਠੀਕ ਆ ਘਾਟਾ ਪਾ ਸਕਦਾ ਵਾਧਾ ਕਰ ਸਕਦਾ ਠੀਕ ਆ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਮਤਲਬ ਕਿ ਇੱਕਦਮ ਇਹ ਤੁਸੀਂ ਕਹੋ ਵੀ ਇਹ ਬਿਕਦੇ ਨਹੀਂ ਐਗੇ ਕਿੰਨੇ ਘੋੜੇ ਬਿਕੇ ਆ ਹਾਂਜੀ ਕਰੋੜਾਂ ਦੇ ਬਿਕੇ ਆ ਲੱਖਾਂ ਦੇ ਬਿਕੇ ਆ ਇਹ ਕੋਈ ਗੱਲ ਨਹੀਂ ਐ ਕਿ ਵੀ ਨਹੀਂ ਬਿਕੇ ਇਹ ਇਹ ਗੱਲ ਕਰਨ ਨਾਲ ਆਪਾਂ ਇਹ ਘੋੜਿਆਂ ਦੀ ਦੁਨੀਆ ਨੂੰ ਮੈਂ ਤਾਂ ਇੱਕ ਐਂ ਸਮਝਦਾ ਹੁਣ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਉਹ ਤਾਂ ਵਾਵਾ ਕਰੀ ਜਾਂਦੇ ਆ ਹਾਂਜੀ ਵੀ ਜੇ ਮਤਲਬ ਕਿ ਵੀਰ ਨੇ ਇੰਟਰਵਿਊ ਪਾਈ ਆ ਉਹਦੇ ਥੱਲੇ ਵੀ ਕਮੈਂਟ ਵੀ ਕਰਦੇ ਆ ਜਦੋਂ ਨਾਲ ਨੂੰ ਜੇ ਅਸਲੀਅਤ ਦਾ ਪਤਾ ਨਹੀਂ ਹੈਗਾ ਹਾਂਜੀ ਆਮ ਰੁਟੀਨ ਚ ਜੀ ਆਮ ਰੁਟੀਨ ਜੇ ਕੋਈ ਕਾਂਟੇ ਦੀ ਜਾਂ ਕਿਸੇ ਹੋਰ ਵਧੀਆ ਘੋੜਿਆਂ ਦੀ ਕਿਸੇ ਵੀ ਘੋੜੇ ਦੀ ਲੈ ਲੂ ਦਲਵਾਗ ਜੱਕ ਤੇ ਜੋੜ ਦੀ ਆਮ ਬੱਚੀਆਂ 4-4 5-5 ਲੱਖ ਰੁਪਏ ਦੀ ਰੁਟੀਨ ਚ ਵਿਕਦੀਆਂ ਨੇ ਜੀ ਠੀਕ ਹੈ ਜੀ ਬੱਚੇ ਦਾ ਮੁਸ਼ਕਿਲ ਆ ਥੋੜਾ ਜਿਹਾ ਜਿਹੜਾ ਬਸ਼ੇਰਾ ਹੈ ਬਸ਼ੇਰਾ ਘੋੜਾ ਉਹੀ ਵਿਕਦਾ ਜਿਹੜਾ ਵਧੀਆ ਹੋਊ ਜਿਹੜਾ ਵਧੀਆ ਹੋਊਗਾ ਘੋੜੀ ਰੂਟੀਨ ਰੂਟੀਨ ਚ ਵਿਕਦੀ ਹੈ ਹਾਂਜੀ ਚੰਗੀਆਂ ਘੋੜੀਆਂ ਵਿਕਦੀਆਂ ਚੰਗੇ ਪੈਸਿਆਂ ਚ ਘੋੜੀਆਂ ਵਿਕੀਆਂ ਨੋ ਡਾਊਟ ਮੈਂ ਇਹਦੇ ਵਿੱਚ ਕੋਈ ਉਹਦੇ ਵਾਲੀ ਗੱਲ ਨਹੀਂ ਹੈਗੀ ਇਸ ਸਵਾਲ ਨਾਲ ਮੈਂ ਸਹਿਮਤ ਨਹੀਂ ਵੀ ਘੋੜੇ ਕਰੋੜਾਂ ਦੇ ਨਹੀਂ ਵਿਕਦੇ ਘੋੜੇ ਇਹ ਨਹੀਂ ਮੈਂ ਕਹਿੰਦਾ ਵੀ ਜਿਹੜੇ ਅਦਲਾ ਬਦਲੀ ਆ ਉਹ ਆਪਸ ਚ ਪਿਆਰ ਆ ਜਿਵੇਂ ਮੰਨ ਲਓ ਆਪਾਂ ਆਮ 100 ਚੀਜ਼ਾਂ ਅਦਲਾ ਬਦਲ ਲੈਨੇ ਆ ਆਪਸ ਚ ਭਾਈਚਾਰਕ ਤੌਰ ਤੇ ਉਹ ਇਹ ਨਹੀਂ ਵੀ ਸਾਰੇ ਇਹੀ ਆ ਵੀ ਭਾਈ ਅਦਲਾ ਬਦਲੀਓ ਚੱਲਦੀ ਆ ਵਪਾਰ ਦੇ ਵਿੱਚ ਨਫਾ ਨੁਕਸਾਨ ਵੀ ਹੁੰਦਾ ਤੇ ਆਪਸ ਚ ਪਿਆਰ ਦੇ ਵਿੱਚ ਲੋਕ ਨੇ ਜਿਹੜੇ ਉਹ ਜਿਵੇਂ ਕਹ ਲਓ ਵੀ ਬੱਚਾ ਤੁਸੀਂ ਲੈ ਲਿਆ ਉਹਨਾਂ ਨੇ ਤੁਹਾਨੂੰ ਦੇਤਾ ਇਹ ਆਮ ਇਹਦਾ ਹਰ ਇੱਕ ਲਾਈਨ ਦੇ ਵਿੱਚ ਵੈਸੇ ਚੱਲਦਾ ਹੀ ਆ ਕਰਨ ਦਾ ਨਾਲੇ ਘੋੜਾ ਜੰਮਦਾ ਮੁਕੱਦਰਾਂ ਨਾਲ ਜੀ ਠੀਕ ਆ ਜੀ ਜੀ ਕਿਹੜੇ ਕੋਈ ਕਿਸੇ ਨੂੰ ਕਹਿੰਦਾ ਵੀ ਤੁਸੀਂ ਕਿਸੇ ਕੰਮ ਚ ਕਰੋ ਜੇ ਤੁਸੀਂ 10 ਘੋੜੇ ਥੋੜੇ ਘਰਾਂ ਜੰਮੇ ਬੱਚੇ ਜੰਮੇ ਆ ਜਾਂ 15 ਜੰਮੇ ਆ ਜੀ ਹੁਣ ਦਾਰਾ ਹਰੇਕ ਦੇ ਘਰ ਤਾਂ ਨਹੀਂ ਜੰਮ ਜਾਣਾ ਬਿਲਕੁਲ ਜੀ ਠੀਕ ਆ ਇਹ ਤਾਂ ਕੁਦਰਤੀ ਵੀ ਗੱਲ ਆ ਕਈ ਵਾਰੀ ਜਿਹਦੇ ਘਰ ਸਾਨ ਕੋੜਾ ਹੁੰਦਾ ਉਹਦੇ ਘਰ ਬੱਚਾ ਨਹੀਂ ਪੈਦਾ ਹੁੰਦਾ ਕਿਸੇ ਗਰੀਬ ਦੇ ਘਰ ਹੋ ਜਾਂਦਾ ਹਾਂ ਜੀ ਠੀਕ ਆ ਵੀ ਇਹ ਇਹ ਗੱਲ ਨਾਲ ਆਪਾਂ ਨਹੀਂ ਵਹਿਗੇ ਸਹਿਮਤ ਠੀਕ ਆ ਜੀ ਠੀਕ ਆ ਜੀ ਤੇ ਆਪਣੀ ਜਿਵੇਂ ਹੁਣ ਮੇਨ ਆਪਾਂ ਗੱਲ ਕਰ ਲੰਨਾ ਚਲੋ ਆਪਣਾ ਲਾਸਟ ਵਾਲਾ ਆਪਾਂ ਕਾਨੂੰ ਉਹ ਕਰਨਾ ਲੰਬੀ ਕਰਨੀ ਐ ਇੰਟਰਵਿਊ ਜਿਵੇਂ ਹੁਣ ਆਪਣੇ ਕੋਲੇ ਪਹਿਲਾ ਕਾਲਾ ਕਾਂਡਾ ਰਹਿ ਕੇ ਗਿਆ ਤੇ ਉਸ ਤੋਂ ਬਾਅਦ ਵਿੱਚ ਆਪਣੇ ਕੋਲੇ ਗਫਤਾਬ ਹੋਣ ਜਿਹੜਾ ਆਪਣੇ ਕੋਲ ਘੋੜਾ ਚੱਲ ਰਿਹਾ ਤੇ ਇਹਨਾਂ ਦੇ ਜਿਹੜੇ ਗਾਹਾਂ ਬੱਚੇ ਆਉਂਦੇ ਨੇ ਅੱਗੇ ਉਹ ਬੱਚਿਆਂ ਦੀ ਜਿਹੜੀ ਅੱਜ ਕਿਉਂਕਿ ਆਪਾਂ ਇਹ ਕਹਿ ਲਈ ਆਪਣਾ ਗਫਤਾਬ ਆਈ ਦੀ ਫੀਸ ਮਿਲਦਾ 30000 ਹੈ ਸ਼ਾਇਦ 31000 32000 ਹਾਂਜੀ ਇਹਨਾਂ ਦੇ ਜਿਹੜੇ ਗਾਹਾਂ ਆਉਣ ਵਾਲੇ ਬੱਚੇ ਨੇ ਜਾਂ ਜਿਵੇਂ ਘੂੜੀਆਂ ਕ੍ਰੋਸ ਹੁੰਦੀਆਂ ਨੇ ਉਹਨਾਂ ਦੀ ਕਿੰਨੀ ਕੁ ਗਾਹ ਵੈਲਿਊ ਹੁੰਦੀ ਹੈ ਜੇ ਆਪਾਂ ਇੱਕ ਆਮ ਤੌਰ ਤੇ ਅੰਦਾਜ਼ਾ ਲਾਈਏ ਉਹ ਤਾਂ ਜਿਵੇਂ ਤੁਸੀਂ ਕਿਹਾ ਵੀ ਦਾਰਾ ਹਰ ਘਰ ਨਹੀਂ ਜੰਮਦਾ ਪਰ ਇੱਕ ਐਵਰੇਜ ਲਾ ਕੇ ਚੱਲੀ ਹੈ ਆਪਾਂ ਵੀ ਭਾਈ ਇਹਨੇ ਕਦ ਤੱਕ ਜਿਹੜਾ ਘੋੜਾ ਜਾਂ ਬਛੇਰਾ ਜੇ ماں ਚੰਗੀ ਹੋਊਗੀ ਜੀ ਘੋੜਾ ਵੀ ਮਤਲਬ ਕਿ ਤਾਂ ਹੀ ਉੱਥੇ ਹੀ ਕੰਮ ਕਰੂਗਾ ਹਾਂ ਜੀ ਹਾਂ ਉਹਦੇ ਰੂਟੀਨ ਚ ਮਤਲਬ ਕਿ ਵੇਖਣੇ ਆ ਹੁਣ ਤੁਸੀਂ ਇੱਕ ਹਿਸਾਬ ਲਾਓ ਜੀ ਜੀ ਮੈਂ ਜਿਹੜਾ ਤਮੂਰ ਘੋੜਾ ਸੀ ਹਾਂ ਜੀ ਮੈਂ 90 ਹਜ਼ਾਰ ਦਾ ਵੇਚਿਆ ਸੀ ਬਸ਼ੀਰਾ ਅੱਛਾ ਜੀ ਠੀਕ ਆ ਜੀ ਛੋਟਾ ਸੀ 90 ਹਜ਼ਾਰ ਦਾ ਵੇਚਿਆ ਹਾਂ ਜੀ ਠੀਕ ਆ 10 11 ਮਹੀਨੇ ਦਾ ਸੀ ਉਹ ਇਦਾਂ ਲੱਗਦਾ ਸੀ ਵੀ ਇਹਨੇ ਕੋਈ ਬਾੜਾ ਵਧੀਆ ਘੋੜਾ ਨਹੀਂ ਪਾਣਾ ਅੱਛਾ ਜੀ ਠੀਕ ਆ ਹਾਂ ਜੀ ਉਹ ਉੱਥੇ ਚਲੇ ਗਿਆ ਮਹਾਰਾਸ਼ਟਰਾਂ ਚ ਮਹਾਰਾਸ਼ਟਰ ਦੇ ਘੁੰਮ ਕੇ ਪੰਜਾਬ ਚ ਆ ਗਿਆ ਹੁਣ ਮੋਗੇ ਕੋਲ ਮਤਲਬ ਕਿ ਚੱਲ ਰਿਹਾ ਐਡਾ ਵਧੀਆ ਨਿਕਲ ਰਿਹਾ ਹੁਣ ਮੈਂ ਪਰਸੋਂ ਚੌਥੇ ਦੀ ਫੇਰ ਪ੍ਰਦੀਪ ਦੇ ਇੰਟਰਵਿਊ ਦੇਖੀ ਆ ਇੰਨੀਆਂ ਸੋਹਣੀਆਂ ਘੋੜੀਆਂ ਉੱਤੇ ਮੇਲਟ ਹੋ ਰਹੀਆਂ ਠੀਕ ਆ ਤੇ ਦੂਜਾ ਮਤਲਬ ਕਿ ਕਾਲਾ ਜਾਦੂ ਵਿੱਚ ਆ ਉਹ ਚਲੋ ਠੀਕ ਪੈਸਿਆਂ ਦੇ ਵਿੱਚ ਆ ਵਧੀਆ ਠੀਕ ਆ ਤੇ ਕਾਂਟਾ ਲਿਆਂਦਾ ਸੀ ਕੋੜ ਕਾਂਟਾ ਨਾਮੀ ਕੋੜਾ ਸੀ ਹਾਂਜੀ ਠੀਕ ਆ ਸਾਡੇ ਕੋਲ 43 ਲੱਖ ਰੁਪਏ ਦਾ ਲਿਆਂਦਾ ਸੀ ਪੂਰਾ 53 ਲੱਖ ਰੁਪਏ ਦਾ ਵੇਚਿਆ ਉਹਦੇ 'ਚ ਇੱਕ ਪੈਸੇ ਦਾ ਵੀ ਕੋਈ ਝੂਟ ਨਹੀਂ ਆ ਮੇਰਾ ਮੁੱਢਾ ਖੜਾ ਇਹਦੀ ਕਸਮ ਖਾ ਕੇ ਕਹਿੰਦਾ ਮੈਂ ਵਾਹਿਗੁਰੂ ਹਾਂਜੀ ਠੀਕ ਆ ਇਹ ਤੋਂ ਕੋਈ ਉੱਤੇ ਗੱਲ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਮਝਦੇ ਮੇਰੀ ਗੱਲ ਕਈ ਵਾਰਦੇ ਮੈਨੂੰ ਫੋਨ ਕਰਨ ਲੱਗ ਗਏ ਤੁਸੀਂ ਘੱਟ ਤੁਸੀਂ ਤਾਂ ਜੀ ਕੋੜਾ ਘੱਟ ਦਾ ਵੇਚਦਾ ਤੁਸੀਂ ਤਾਂ 43 ਦੇ ਵੀ ਘੱਟ ਵੇਚਿਆ ਠੀਕ ਆ ਮੇਰਾ ਕਹਿਣ ਦਾ ਮਤਲਬ ਆਪਾਂ ਇਸੇ ਗੱਲ ਨੂੰ ਜੇ ਆਪਣੇ ਕੋਲ ਕੋਈ ਸਬੂਤ ਨਾ ਹੋਵੇ ਆਪਾਂ ਉਹ ਹਵਾ ਚ ਗੱਲ ਕਰੀਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹਾਂ ਜੀ ਨਹੀਂ ਠੀਕ ਗੱਲ ਹੈ ਜੀ ਦੇਰੀਆਂ ਮਹਿੰਗੀਆਂ ਘੋੜੀਆਂ ਲੈ ਆ ਲੀਆਂ ਦੋ ਤਿੰਨ ਘੋੜੀਆਂ ਚੰਗੀਆਂ ਵੇਚੀਆਂ ਸਾਰਾ ਕੁਝ ਕਰਿਆ ਪਰ ਮੈਂ ਇਹ ਮੈਂ ਅੱਜ ਵੀ ਕਹਿੰਦਾ ਜੀ ਥੋੜਾ ਤਾਂ ਚਲੋ ਸਾਡੇ ਨਾਲ ਪਿਆਰਾ ਤੁਸੀਂ ਮੈਨੂੰ ਰਾਤ ਪੁੱਛਿਆ ਵੀ ਬਾਈ ਜੀ ਆਪਾਂ ਇਸ ਗੱਲ ਤੇ ਤੁਸੀਂ ਕੀ ਕਮੈਂਟ ਕਰਦੇ ਆਂ ਆਪਾਂ ਇੰਟਰਵਿਊ ਕਰੀਏ ਹੈਗਾ ਚਲੋ ਆ ਜਿਓ ਅਸੀਂ ਨੌਜਵਾਨ ਬੱਚਿਆਂ ਨੂੰ ਹੁਣ ਵੀ ਕਹਿੰਦੇ ਹਾਂ ਹਾਂ ਜੀ ਬਈ ਤੁਸੀਂ ਇਹਨੂੰ ਬੰਦੇ ਇਹਨੂੰ ਵੇਚਣਾ ਸਮਝਗੇ ਨਹੀਂ ਇਹਦੇ ਚ ਆਉਣਾ ਹਾਂਜੀ ਤੁਸੀਂ ਇਹਦੇ ਸ਼ੌਕ ਸ਼ੁਰੂ ਕਰਦੇ ਹਾਂ ਸ਼ੌਕ ਦੇ ਵਿੱਚ ਹੁਣ 50 ਬੰਦੇ ਕੰਮ ਕਰੇ ਵਿੜਦੇ ਜਿਹਦਾ ਜ਼ਿਆਦਾ ਵਧੀਆ ਹੋਊਗਾ ਜੀ ਕੋਈ ਵਧੀਆ ਬੱਚਾ ਤਿਆਰ ਕਰ ਲੂਗਾ ਘੋੜਾ ਤਿਆਰ ਕਰ ਲੂਗਾ ਉਹਨੂੰ ਫਿਰ ਕੌਣ ਰੋਕ ਲੂਗਾ ਵੇਚਣ ਤੋਂ ਹਾਂਜੀ ਬਿਲਕੁਲ ਜੀ ਜਿਹਦੇ 20 ਗਾਹਕ ਹੋਣ ਮੇਲਾ ਜਿੱਤਦਾ ਹੋਵੇ ਉਹ ਬੰਦੇ ਕਹਿਣ ਵੀ ਅਸੀਂ ਖੜਾਉਣਾ ਹਾਂਜੀ ਵੀ ਸਾਡੇ ਘੋੜੇ ਦੇ ਰੀਵਨ ਵੱਲ ਹੋਵੇ ਤੇ ਪੈਸੇ ਤਾਂ ਮਿਲਣੇ ਹੀ ਮਿਲਣੇ ਆ ਹਾਂਜੀ ਹਾਂ ਜਿਵੇਂ ਹੁਣ ਤੁਸੀਂ ਕਹਿੰਦੇ ਜੀ 90000 ਦਾ ਤਮੂਰ ਤੁਸੀਂ ਕਹਿੰਦੇ ਸੀ ਆਪਾਂ ਵੇਚਿਆ ਉਹ ਤੇ ਉਹ ਵੀ ਵੀਰੇ ਨੇ ਇੱਕ ਗੱਲ કરી ਚਲੋ ਮੈਨੂੰ ਸਹੀ ਵੀ ਲੱਗੀ ਉਹ ਹਾਂ ਤੇ ਤਾਂ ਕਿਤੇ ਜਿਵੇਂ ਕਹਿੰਦੇ ਵੀ ਜਿਹੜੇ ਛੋਟੇ ਸਟੱਡ ਫਾਰਮ ਨੇ ਜਾਂ ਜਿਨ੍ਹਾਂ ਦੇ ਘਰੇ ਇੱਕ ਦੋ ਘੂੜੀਆਂ ਰੱਖੀਆਂ ਹੋਈਆਂ ਨੇ ਉਹ ਕੀ ਕਰਦੇ ਨੇ ਉਹ 50 50000 ਤੋਂ ਜਿਹੜੇ ਵੱਡੇ ਸਟੱਡ ਫਾਰਮ ਵਾਲੇ ਨੇ ਜਾਂ 60 60000 ਦੇ ਉਹਨਾਂ ਤੋਂ ਬਸ਼ੇਰੇ ਲੈ ਜਾਂਦੇ ਨੇ ਫਿਰ ਬਾਅਦ ਚ ਉਹਨਾਂ ਨੂੰ ਉਹ 50 50 ਲੱਖ ਦੇ ਜਾਂ ਕਰੋੜਾਂ ਦੇ ਕਰਕੇ ਵੇਚਦੇ ਨੇ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਉਸ ਚੀਜ਼ ਦਾ ਕੋਈ ਦੁੱਖ ਹੈ ਵੀ ਭਾਈ ਤੁਸੀਂ ਉਹ ਜਿਹੜਾ ਘੋੜਾ ਉਸ ਟਾਈਮ ਇੰਨਾ ਸਸਤਾ ਵੇਚਦਾ ਤੇ ਹੁਣ ਉਹ ਇੰਨਾ ਮਹਿੰਗਾ ਹੋਇਆ ਪਿਆ ਤੁਹਾਨੂੰ ਉਸ ਚੀਜ਼ ਦਾ ਕੋਈ ਆਪਣੇ ਆਪ ਤੋਂ ਕਦੇ ਹੁੰਦਾ ਵੀ ਯਾਰ ਜੇ ਇਹ ਕਿਤੇ ਮੈਂ ਰੱਖੇ ਲੈਂਦਾ ਕਦੇ ਪਛਤਾਵਾ ਹੁੰਦਾ ਤੁਹਾਨੂੰ ਦੇਖੋ ਜੀ ਗੱਲ ਆਏ ਜੀ ਇਹ ਕਿੱਲੇ ਦੀ ਗੱਲ ਹੁੰਦੀ ਹੈ ਹਾਂ ਜੀ ਦੇਖੋ ਜਿਹੜਾ ਬਹੁਤ ਬਹੁਤ ਆ ਵਧੀਆ ਬੱਚਾ ਹਾਂਜੀ ਉਹ ਚਾਹੇ ਮਾਲਕ ਗਰੀਬ ਆ ਘੋੜੇ ਨੇ ਨਹੀਂ ਦੇਖਣਾ ਜਿਹਦੇ ਘਰ ਜੰਮਣਾ ਵੀ ਗਰੀਬ ਆ ਕ ਅਮੀਰ ਆ ਹਾਂਜੀ ਉਹਦਾ ਮਾਲਕ ਵੀ ਉਹੀ ਆ ਜਿਹੜਾ ਉਹਦੀ ਦੇਖ ਰੇਖ ਕਰਦਾ ਹਾਂਜੀ ਠੀਕ ਆ ਜੀ ਉਹ ਮਤਲਬ ਕਿ ਜਿੱਥੇ ਉਹਦਾ ਜਨਮ ਹੋਣਾ ਉੱਥੇ ਤਾਂ ਕੋਈ ਬੰਦਾ ਇਹ ਵੀ ਨਹੀਂ ਵੀ ਉਹਨੂੰ ਬਹੁਤ ਸਸਤੇ ਪੈਸੇ 'ਚ ਖਰੀਦ ਲੂਗਾ ਹਾਂਜੀ ਠੀਕ ਆ ਹਾਂਜੀ ਜਮਾਂ ਤੇ ਵੀ ਨਹੀਂ ਖਰੀਦ ਸਕਦਾ ਉਹ ਫਿਰ ਅਨਾੜੀ ਬੰਦਾ ਹੋਊਗਾ ਹਾਂਜੀ ਜਿਹੜੇ ਬੰਦੇ ਘੋੜਿਆਂ ਝੁੱਠੇ ਆ ਪਹਿਲਾਂ ਜਿਹੜੇ ਚੰਗੇ ਚੰਗੇ ਹੁਣ ਘੋੜਿਆਂ ਚ ਆ ਬੰਦੇ ਬਿੱਟੂ ਪਮਾਲ ਹੋ ਗਿਆ ਹੋਰ ਕਈ ਬੰਦੇ ਆ ਪਹਿਲਾਂ ਨਾਰਮਲ ਬੰਦੇ ਹੀ ਸੀ ਹਾਂਜੀ ਠੀਕ ਆ ਉਹਨਾਂ ਨੇ ਸਮਝ ਉਹਨਾਂ ਤੋਂ ਫਿਰ ਅੱਜ ਕਿਵੇਂ ਬੰਦਾ ਕੋਈ ਸਸਤਾ ਘੋੜਾ ਖਰੀਦ ਲੂਗਾ ਹਾਂਜੀ ਫਿਰ ਬਾਕੀ ਗੱਲ ਉਹ ਰਹੀ ਕਿਲੇ ਦੀ ਜਿਹਨਾਂ ਹੁਣ ਆਪਾਂ ਕਹਿੰਦੇ ਨੇ ਵੀ ਉਹ ਚੀਜ਼ ਕੋਈ ਮੱਝ ਵੀ ਉੱਥੇ ਦਾ ਉਹ 50000 ਦੀ ਜੋ ਉਹਦੇ ਕਿਲੇ ਤੇ ਚਲੇ ਜਾਵੇ ਲੱਖ ਲੱਖ ਦੀ ਹਾਂਜੀ ਫਿਰ ਜਿਹਦਾ ਕਿਲਾ ਚੰਗਾ ਹੈ ਉਹਦੇ ਪਿੱਛੇ ਐ ਵੀ ਦੇਖੋ ਵੀ ਉਹਦੇ ਪਿੱਛੇ ਉਹਨੇ ਘਾ ਲਣਾ ਕੀ ਘਾ ਲਈ ਆ ਹਾਂਜੀ ਕਿੰਨਾ ਟਾਈਮ ਦਿੰਦਾ ਐ ਇਸ ਚੀਜ਼ ਨੂੰ ਹਾਂਜੀ ਠੀਕ ਆ ਜੀ ਫਿਰ ਉਹ ਚੀਜ਼ ਦੀ ਉੱਥੇ ਜਾ ਕੇ ਪ੍ਰੋਮੋਸ਼ਨ ਵੀ ਤਾਂ ਹੁੰਦੀ ਆ ਪ੍ਰੋਮੋਸ਼ਨ ਵੀ ਹੁੰਦੀ ਆ ਹਾਂਜੀ ਜਿਹੜਾ ਜਿੰਨਾ ਜਿੰਨਾ ਮਿੱਠਾ ਪਾ ਲਾਂਗੇ ਗੁੜ ਪਾ ਲਾਂਗੇ ਉਨੀ ਚਾਹ ਮਿੱਠੀ ਹੋ ਜੂ ਇਹ ਗੱਲ ਇਹ ਆ ਵੀ ਜਿੰਨਾ ਟਾਈਮ ਤੁਸੀਂ ਕਿਸੇ ਵੀ ਕਿੱਤੇ ਨੂੰ ਦੇ ਲੋਂਗੇ ਤੁਸੀਂ ਉਦੋਂ ਜਿੰਨੇ ਹੀ ਪਾਰਖੂ ਤੇ ਨਪੁੰਨ ਹੋਈ ਜਾਵੋਗੇ ਤੇ ਉਸ ਚੀਜ਼ ਨੂੰ ਅੱਗੇ ਵਧਾਈ ਜਾਵੋਗੇ ਆਪਣਾ ਮਤਲਬ ਕਿ ਕਾਂਟਾ ਸਾਡੇ ਕਾਂਟਾ ਦਾ ਚਲੋ ਮੰਨਦੇ ਆ ਪਿੱਛੋਂ ਹੀ ਫੇਮਸ ਕੋੜਾ ਸੀ ਉਹ ਤਾਂ ਫੇਮਸ ਹੀ ਹਾਂਜੀ ਸਵਾਇ ਸਿੰਘ ਕੋਲੋਂ ਆਇਆ ਜੀ ਠੀਕ ਆ ਉਹ ਜਿੰਨਾ ਜੇ ਹੁਣ ਉੱਥੇ ਗਿਆ ਜੀ ਬਹਿਲ ਗਿਆ ਉੱਥੇ ਜਾ ਕੇ ਹੋਰ ਉਹਦਾ ਕੰਮ ਉੱਠ ਖੜਿਆ ਜੀ ਉਹਨੇ ਹੋਰ ਕਹ ਲਓ ਸਿਰ ਚੱਕ ਮਾਂ ਕੰਮ ਕਰ ਲਿਆ ਗਿਆ ਠੀਕ ਆ ਉਹ ਵੀ ਬੰਦੇ ਇਸ ਲਾਈਨ ਦੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਸੀ ਜਿਹੜਾ ਜਿਹੜਾ ਬੰਦਾ ਮਤਲਬ ਕਿ ਇਸ ਧੰਦੇ ਨਾਲ ਜੁੜਿਆ ਹੋਇਆ ਯਾਰ ਉਹਨੇ ਕੰਮ ਕਰਨਾ ਹੈ ਉਹਨੇ ਤਾਂ ਦੇਖਣਾ ਹੀ ਆ ਵੀ ਮੈਂ ਉੱਥੇ ਜਿੱਥੇ ਤੇ ਕੋਈ ਸਸਤਾ ਮਿਲੂਗਾ ਉੱਥੇ ਤੇ ਅਗਲਾ ਆਪਣੀ ਹਿੰਮਤ ਆ ਉਹਦੀ ਖਰੀਦ ਕੇ ਲਿਆ ਕੇ ਉਹ ਕਿਹੜੇ ਉਹਨਾਂ ਨੂੰ ਕਿਸੇ ਨੂੰ ਕੋਈ ਚਾਲ ਪਾ ਕੇ ਉਹਨਾਂ ਤੋਂ ਸਸਤਾ ਖਰੀਦਦੇ ਹਾਂ ਜੀ ਇਹ ਵੀ ਗੱਲ ਸਹੀ ਆ ਜੀ ਜਣਦੀ ਇਹ ਵੀ ਇਹਦਾ ਆਪਾਂ ਇਹ ਕਹਿ ਸਕਦੇ ਆਂ ਕੁੱਲ ਮਿਲਾ ਕੇ ਵੀ ਜੇ ਕੋਈ ਜਾਨਵਰ ਕਿਸੇ ਕੋਲੋਂ ਸਸਤਾ ਗਿਆ ਤਾਂ ਉਹਦੇ 'ਚ ਇਹ ਨਹੀਂ ਹੈਗਾ ਵੀ ਉਹਨੂੰ ਕੋਈ ਇਹਦੇ 'ਚ ਪਛਤਾਵੇ ਵਾਲੀ ਗੱਲ ਨਹੀਂ ਉਹਦੀ ਜੋ ਕਿਸਮਤ ਸੀ ਉਹਨੂੰ ਉਹ ਦੇ ਗਿਆ ਗਾਹਾਂ ਕਿਸੇ ਕੋਲ ਜਾ ਕੇ ਭਮੋ ਕਰੋੜਾਂ ਦਾ ਹੋ ਜਵੇ ਭਮਾ ਲੱਖਾਂ ਦਾ ਹੋ ਜਵੇ ਉਹ ਉਹਦੀ ਕਿਸਮਤ ਹੈ ਮੈਂ ਫੇਰ ਦੁਬਾਰਾ ਜੀ ਚੌਕੀ ਸਰਦਾਰ ਨੂੰ ਜੀ ਥੋੜੇ ਚੈਨਲ ਦੇ ਜ਼ਰੀਏ ਜੀ ਮਤਲਬ ਕਿ ਉਹਨਾਂ ਨੂੰ ਇੱਕ ਬੇਨਤੀ ਕਰਦਾ ਰਿਕੁਐਸਟ ਕਰਦਾ ਜੀ ਵੀ ਬਹੁਤ ਵਧੀਆ ਹੁਣ ਤੱਕ ਉਹਨਾਂ ਘੋੜਿਆਂ ਨੇ ਘੋੜਿਆਂ ਦਾ ਕੰਮ ਕਰਿਆ ਜੀ ਆਪਾਂ ਨੇ ਘੋੜਿਆਂ ਦਾ ਕੋਈ ਬਵਾਦ ਨਹੀਂ ਖੜਾ ਕਰਨਾ ਹਾਂ ਜੀ ਇਹਦਾ ਕੋਈ ਸਿਰਾ ਨਹੀਂ ਇਸ ਬਹਿਸ ਦਾ ਹਾਂ ਜੀ ਠੀਕ ਆ ਇਹਨੇ ਕਿਤੇ ਨਹੀਂ ਮੁੱਕਣਾ ਹਾਂ ਜੀ ਸੋ ਮੈਂ ਉਹਨਾਂ ਨੂੰ ਕਹਿੰਦਾ ਵੀ ਉਹਨਾਂ ਨੂੰ ਠੰਡੇ ਦਿਮਾਗ ਨਾਲ ਬੈਠ ਕੇ ਸੋਚ ਕੇ ਇਹ ਗੱਲ ਇਹਨੂੰ ਆਪਾਂ ਇਹਨੂੰ ਕੋਈ ਬਵਾਦ ਨਾ ਬਣਾਈਏ ਜੀ ਜਿਹੜੀ ਨੌਜਵਾਨ ਪੀੜ੍ਹੀ ਆ ਨਵੇਂ ਬੰਦੇ ਉਹਨਾਂ 'ਚ ਕਨਫਿਊਜ਼ਨ ਪੈਦਾ ਹੋ ਰਹੀ ਆ ਹਾਂ ਜੀ ਬਈ ਇਹਨੂੰ ਆਪਾਂ ਕਿਸੇ ਤਾਂ ਹੀ ਇਹਨੇ ਗੱਲ ਨੇ ਟੱਪ ਹੋਣਾ ਵੀ ਤੁਸੀਂ ਵੀ ਇਹਦੇ ਤੇ ਆਪਣਾ ਕੋਈ ਵਧੀਆ ਤੁਸੀਂ ਸੋਚੋ ਜਿਵੇਂ ਤੁਸੀਂ ਪਹਿਲਾਂ ਤੇ ਉਦਾਂ ਹੀ ਕੰਮ ਕਰੋ ਜਿਹੜਾ ਨੁਕਸਾ 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 ਦੱਸੋ ਹਾਂ ਉਹ 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 ਤਾਂ ਹਰ ਇੱਕ ਇੰਡਸਟਰੀ ਦੇ ਵਿੱਚ ਚਾਰ ਬੰਦੇ ਚੰਗੇ ਚਾਰ ਬੰਦੇ ਮਾੜੇ ਤਾਂ ਹੁੰਦੇ ਹੀ ਨੇ ਇਹ ਤਾਂ ਇਹ ਤਾਂ ਇਹ ਤਾਂ ਆਪਾਂ ਕੋਈ ਕਹੀਏ ਵੀ ਕੋਈ ਦੁੱਧ ਦਾ ਤੋਤਾ ਹਰ ਕਿਸੇ ਕੰਮ 'ਚ ਨਹੀਂ ਹੈਗਾ ਪਰ ਇਹ ਆਪਾਂ ਸਾਰਿਆਂ ਨੂੰ ਇੱਕ ਰਸੇ 'ਤੇ ਨਹੀਂ ਬੰਨ੍ਹ ਸਕਦੇ ਵੀ ਭਾਈ ਸਾਰੀ ਫੁਕਰੇ ਨੇ ਜਾਂ ਸਾਰੀ ਗਪਾਉੜੀ ਨੇ ਆਪਾਂ ਇਹ ਨਹੀਂ ਕਹਿ ਸਕਦੇ ਇਹ ਮਾੜੀ ਗੱਲ ਆ ਇਹ ਉਹਨਾਂ ਦੀ ਬਹੁਤ ਜ਼ਿਆਦਾ ਜੀ ਕਿਸੇ ਨੂੰ ਕੋਈ ਕੋਈ ਮਾੜੀ ਗੱਲ ਜਾਂ ਜੇ ਕਿਸੇ ਦਾ ਕੋਈ ਉਹਨਾਂ ਨੂੰ ਗਲਤ ਲੱਗਿਆ ਸੀ ਤਾਂ ਉਹਨਾਂ ਦਾ ਨਾਮ ਲੈ ਕੇ ਜਾਂ ਉਹਨਾਂ ਦੇ ਫਾਰਮ ਤੇ ਜਾ ਕੇ ਉਹਨਾਂ ਨੂੰ ਜ਼ਰੂਰ ਕਹਿ ਸਕਦੇ ਨਹੀਂ ਪੰਜੇਉਂ ਕੁਲੀ ਇੱਕ ਇੱਕ ਬਰਾਬਰ ਥੋੜੋ ਆ ਇਹ ਹੁਣ ਤੁਸੀਂ ਮਤਲਬ ਕਿ ਕਿਸੇ ਬੰਦੇ ਨੂੰ ਫੋਕਰੇ ਕੋ ਹ ਕਿਸੇ ਨੇ ਟੈਂਟ ਲਾ ਲਿਆ ਜਾਂ ਕੋਈ ਗੱਲ ਇਹਦਾ ਗੱਲ ਉਹਨਾਂ ਨੂੰ ਸੁਭਾ ਨਹੀਂ ਦਿੰਦੀ ਹਾਂਜੀ ਠੀਕ ਆ ਦੇਖੋ ਕੰਮ ਆ ਜੇ ਕੋਈ ਕੋਈ ਵੀ ਕੰਮ ਆ ਹੁਣ ਉਹਦੇ ਟਾਈਮ ਲੱਗਦਾ ਹੈ ਜਿਹੜੇ ਘੋੜੇ ਆ ਅਸੀਂ ਆ ਜਿਹੜਾ ਘੋੜਾ ਖੜਾ ਗਫਤਾਬ ਤੁਹਾਡੇ ਸਾਹਮਣੇ ਆ ਸਾਡੇ ਘਰ ਦਾ ਬੱਚਾ ਦੋ ਪਹਿਲਾ ਹਾਂਜੀ ਤਮੂਰ ਅਰ ਦੂਜਾ ਕਾਲਾ ਜਾਦੂ ਵਿੱਚ ਹਾਂਜੀ ਠੀਕ ਆ ਜੀ ਆ ਘੋੜਾ ਥੋੜਾ ਸਾਹਮਣੇ ਆ 65 ਇੰਚ ਹਾਈਟ ਆ ਕੋਈ ਬੰਦਾ ਫਿੱਤਾ ਲਾ ਕੇ ਦੇਖ ਲੈ ਵੀ ਜਿਹੜੀ ਝੂਠ ਵਾਲੀ ਕਦੇ ਜ਼ਿੰਦਗੀ ਚ ਕਦੇ ਨਹੀਂ ਕਰੀ ਠੀਕ ਆ ਇਹਦੇ ਮਤਲਬ ਕਿ ਸਾਨੂੰ ਆਫਰ ਵੀ ਚੰਗੀ ਹੋਈ ਆ ਘੋੜੇ ਦੀ ਪੈਸਿਆਂ ਦੀ ਪਰ ਹੁਣ ਸਾਡੇ ਕੋਲ ਹੈਗਾ ਅਸੀਂ ਨਹੀਂ ਮਤਲਬ ਕਿ ਇਹਨੂੰ ਚਾਹੁੰਦੇ ਵੀ ਅਸੀਂ ਦੇਣਾ ਵੀ ਪਰ ਜੇ ਹੁਣ ਇਹ ਤੀਜਾ ਬੱਚਾ ਸਾਡੇ ਕੋਲ ਸਾਡੀ ਸਮਝ ਚ ਜਾਨੀ ਜੀ ਸਰੇ ਆਇਆ ਠੀਕ ਆ ਫਿਰ ਟਾਈਮ ਤਾਂ ਲੱਗਦਾ ਹੀ ਹੈ ਨਾ ਟਾਈਮ ਤਾਂ ਲੱਗਦਾ ਹੀ ਆ ਹਾਂਜੀ ਕੋਈ ਟਾਈਮ ਸੀ ਉਹ ਘੋੜੀ ਉਸ ਟਾਈਮ ਵੇਚਣ ਲੱਗੇ ਸੀ ਹਾਂਜੀ ਸਮਝਦੇ ਆ ਕਈ ਚੰਗੇ ਚੰਗੇ ਘੋੜਿਆਂ ਵਾਲਿਆਂ ਦੇ ਘਰ ਸਾਨ ਘੋੜਾ ਨਹੀਂ ਪੈਦਾ ਹੁੰਦਾ ਹਾਂਜੀ ਇਹ ਗੱਲਾਂ ਦਾ ਕੋਈ ਉਹ ਨਹੀਂ ਹੈਗਾ ਆਪਾਂ ਦੇਖੋ ਘੋੜੇ ਕਰੋੜਾ ਘੋੜਾ 50 ਹਜ਼ਾਰ ਦਾ ਵੀ ਆ ਘੋੜਾ ਕਰੋੜ ਦਾ ਵੀ ਆ ਘੋੜਾ 50 ਲੱਖ ਦਾ ਵੀ ਆ ਜੀ ਇਹ ਬੰਦੇ ਨੇ ਆਪਣੀ ਬਦਲ ਕੇ ਹਾਇਸੀਅਤ ਦੇ ਮੁਤਲਕ ਖਰੀਦਣਾ ਹੈ ਜੀ ਜਿਹੇ ਜੀ ਚੀਜ਼ ਹੋਊਗੀ ਉਹ ਹੀ ਜੀ ਉਹਨੇ ਵੇਖਣਾ ਜੀ 50000 ਦੀ ਨੂੰ ਹੁਣ ਕੋਈ 50 ਲੱਖ ਦੀ ਨਾ ਖਰੀਦਣੀ ਲਊਗਾ ਹਾਂ ਬਿਲਕੁਲ ਜੀ ਸਹੀ ਐਡਾ ਨਿਆੜਾ ਤਾਂ ਕੋਈ ਉਦਾਂ ਨਹੀਂ ਇੱਕ ਵੀਰੇ ਨੇ ਇਹ ਗੱਲ ਕਹੀ ਸੀਗੀ ਕਹਿੰਦੇ ਵੀ ਹੁਣ ਵੀਰੇ ਤਾਂ ਮੈਂ ਦੇਖਿਆ ਸੀ 2019 ਤੋਂ ਵੀਰੇ ਨੇ ਚੈਨਲ ਸ਼ੁਰੂ ਕੀਤਾ ਤੇ 2019 ਤੋਂ ਲੈ ਕੇ 2023 ਚਾਰ ਸਾਲ ਬਣਦੇ ਨੇ ਉਹ ਕਹਿੰਦੇ ਵੀ ਜਿਹੜੇ ਘੋੜਾ ਇੰਡਸਟਰੀ ਦੇ ਲੋਕ ਨੇ ਉਹ ਕਹਿੰਦੇ ਨੇ ਵੀ ਕਰੋੜਾਂ ਦਾ ਘੋੜਾ ਜਿਹੜਾ ਵਿਕਦਾ ਵੀ ਸਾਡਾ ਮੇਰਾ 50 ਲੱਖ ਦਾ ਜੀ ਮੇਰਾ 30 ਲੱਖ ਦਾ ਜੀ ਵੀ ਉਹਨੂੰ ਦੇਖ ਕੇ ਨਵੇਂ ਮੁੰਡੇ ਨੇ ਜਿਹੜੇ ਉਹ ਫਸ ਜਾਂਦੇ ਨੇ ਤੇ ਮੈਂ ਨਹੀਂ ਚਾਹੁੰਦਾ ਕੋਈ ਨਵਾਂ ਮੁੰਡਾ ਫਹਾ ਲੈ ਮੈਂ ਨਹੀਂ ਚਾਹੁੰਦਾ ਕੋਈ ਨਵਾਂ ਮੁੰਡਾ ਇਸ ਕੰਮ ਦੇ ਵਿੱਚ ਆ ਕੇ ਆਪਣੇ ਪਿਓ ਨੂੰ ਕਿਹੇ ਵੀ ਭਾਈ ਮੇਰੇ ਤੇ ਮੈਨੂੰ 30 ਲੱਖ ਦੇ ਮੈਂ ਘੋੜਾ ਮੈਂ ਲੈਣਾ ਜਾਂ ਮੈਨੂੰ 10 ਲੱਖ ਦੇ ਮੈਂ ਇੱਕ ਘੋੜੀ ਰੱਖਣੀ ਆ ਵੀ ਇਹ ਕੰਮ ਉਹ ਕਹਿੰਦੇ ਵੀ ਮੈਂ ਤਾਂ ਹੀ ਵੀਡੀਓ ਮੇਰੇ ਪਾਉਣ ਦਾ ਕਾਰਨ ਇਹ ਆ ਤੁਸੀਂ ਤੁਹਾਡੇ ਨਿਗਾ ਦੇ ਵਿੱਚ ਕੋਈ ਹੁਣ ਤੱਕ ਕਹਿਜ ਆਇਆ ਵੀ ਜੇ ਕਿਸੇ ਬੰਦੇ ਨੇ ਕੋਈ ਘੋੜਾ ਰੱਖਿਆ ਹੋਵੇ ਜਾਂ ਕੋਈ ਘੋੜਿਆਂ ਦੇ ਕਿੱਤੇ ਚ ਆਇਆ ਹੋਵੇ ਉਹਨੇ ਕਦੇ ਸੁਸਾਈਸਾਈਡ ਅਟੈਂਪਟ ਕਰ ਲਿਆ ਹੋਵੇ ਤੁਹਾਡੇ ਸੁਣਨ ਦੇ ਵਿੱਚ ਕਦੇ ਆਇਆ ਹੋਵੇ ਆਜਾ ਕੁਝ ਬਈ ਮੇਰੇ ਤੁਰਨ ਤਾਂ ਨਹੀਂ ਆਇਆ ਹਾਂਜੀ ਕੋਈ ਇਹੋ ਜੀ ਗੱਲ ਜੀ ਬਾਕੀ ਨਾਲੇ ਮੈਂ ਇੱਕ ਗੱਲ ਇਹ ਕਹਿਣਾ ਵੀ ਵੀਰ ਨੇ ਇੰਨਾ ਲੰਮਾ ਘੋੜਿਆਂ ਦੀ ਇੰਟਰਵਿਊ ਕਰੀਆਂ ਫਿਰ ਇਹ ਸਟਾਰਟਿੰਗ ਤੇ ਹੀ ਕੋਈ ਗੱਲ ਕਰਨੀ ਸੀ ਹਾਂ ਜੇ ਉਹਨਾਂ ਨੂੰ ਪੂਰਾ 파ਰਖੂ ਸਭ ਸਮਝਦਾ ਹੈ ਗੱਲ ਉਹ ਠੀਕ ਆ ਜਿਹੜੀ ਗੱਲ ਸਮਾਜ ਕਰਨੀ ਆਲੋਚਨਾ ਕਰਨੀ ਬਣਦੀ ਆ ਉਹਦੀ ਕਰੋ ਮੈਂ ਨਹੀਂ ਕਹਿੰਦਾ ਵੀ ਲੋਕ ਝੂਠਰੀ ਬੋਲਦੇ ਬੋਲਦੇ ਆ ਜਿਹੜੇ ਤੁਹਾਨੂੰ ਗੱਲ ਲੱਗਦੀ ਆ ਜੇ ਹੁਣ ਮੇਰੀ ਗੱਲ ਸੁਣੋ ਹੁਣ ਨਵਾਂ ਬੰਦਾ ਆਉਂਦੀ ਧਾਰ ਬਿਨਾ ਗੱਲ ਤੋਂ 30 ਲੱਖ ਦਾ ਘੋੜਾ ਖਰੀਦ ਲੂਗਾ ਫਿਰ ਉਹ ਕਸੂਰ ਕੀ ਦਾ ਹਾਂਜੀ ਜੀ ਹੁਣ ਮੈਂ ਤਾਂ ਕਹਿ ਦੂੰਗਾ ਇਹ 2 ਕਰੋੜ ਰੁਪਏ ਦਾ ਜੀ ਮੈਂ ਕਹਿ ਦੂੰਗਾ 5 ਕਰੋੜ ਦਾ ਹਾਂਜੀ ਇਹ ਤਾਂ ਹੁਣ ਜਿਹਨੇ ਦੇਖ ਖਰੀਦਣਾ ਔਰ ਉਹਨੇ ਵੀ ਤਾਂ ਦੇਖਣਾ ਔਨੇ ਵੀ ਦੇਖਣਾ ਹਾਂਜੀ ਝੂਠ ਮੇਰੀ ਗੱਲ ਸੁਣੋ ਝੂਠ ਸਦਾ ਨਹੀਂ ਚੱਲਦਾ ਹਾਂਜੀ ਝੂਠ ਨਾਲ ਲਪੋਇਆ ਜਾ ਸਕਦਾ ਝੂਠ ਨੇ ਇੱਕ ਨਾ ਇੱਕ ਦਿਨ ਬਾਹਰ ਆਉਣਾ ਹੁੰਦਾ ਜੀ ਜਿਹੜੇ ਫੇਰ ਸਾਡਾ ਫੇ ਕੋਈ ਕਿਸੇ ਕੋਈ ਬੰਦਾ ਕੰਮ ਕਰਦਾ ਫਿਰ ਉਹ ਉਹੀ ਦਾ ਉਹਦੀ ਮਿਹਨਤ ਹੁੰਦੀ ਹੈ ਹਾਂਜੀ ਜੇ ਹੁਣ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ੱੱਕੇ ਨਾ ਲਾਉਣੀ ਆਉਂਦੀ ਹੋਵੇ ਜੀ ਹੁਣ ਹਰੇਕ ਬੰਦਾ ਲੋੜੋ ੱੱਕ ਲਾ ਦੂਗਾ ਹਾਂਜੀ ਕਿਸੇ ਮੱਝ ਦੀ ਗਾਂ ਦੀ ਕਿਸੇ ਦੀ ੱੱਕ ਲਾਉਣੀ ਹੁੰਦੀ ਆ ਬੰਦੇ ਨੇ ਦੇਖ ਕੇ ਅੰਦਾਜ਼ਾ ਲਾ ਦਿੰਦਾ ਵੀ ਇਹ ਇੰਨੇ ਦੀ ਆ ਹਾਂਜੀ ਠੀਕ ਆ ਫਿਰ ਉਹ ਉਹ ਚੀਜ਼ ਕਿੱਥੋਂ ਆਉਂਦੀ ਆ ਹੁਣ ਤੁਹਾਨੂੰ ਮੈਂ ਕਹਿ ਦਵਾਂ ਤੁਸੀਂ ਕਿਸੇ ਮਤਲਬ ਕਿ ਕੋੜਾ ਦੇ ਲਾਪਤਾ ਹੁਣ ਤੁਸੀਂ ਨਵੇਂ ਬੰਦੇ ਆ ਤੁਹਾਨੂੰ ਤਾਂ ਆਈ ਨਹੀਂ ਪਤਾ ਲੱਗਣਾ ਵੀ ਕਾਠੀਆਵਾੜੀ ਕਿਹੜਾ ਮਾਰਵਾੜੀ ਕਿਹੜਾ ਨਾ ਮੈਨੂੰ ਤਾਂ ਜਮੇ ਨਹੀਂ ਪਤਾ ਜੀ ਹਾਂਜੀ ਮੈਂ ਤਾਂ ਜੋ ਵੀ ਜੇ ਮੈਨੂੰ ਕੋਈ ਉਲਝਣ ਹੁੰਦੀ ਆ ਮੈਂ ਤਾਂ ਤੁਹਾਨੂੰ ਫੋਨ ਕਰਦਾ ਵੀ ਭਾਈ ਮੈਨੂੰ ਦੱਸੋ ਸਰਪੰਚ ਸਾਹਿਬ ਇਹਦਾ ਇਹ ਐਦਾਂ ਕਿਵੇਂ ਹੋ ਸਕਦਾ ਹੁਣ ਮੰਨ ਲਓ ਆਹੀ ਆਪਣੀ ਗੱਲ ਹੋਈ ਮੈਨੂੰ ਇੱਕ ਦੋ ਕੁ ਬੰਦਿਆਂ ਨੇ ਆਪਾਂ ਬੈਠੇ ਪਿੰਡ ਬੈਠੇ ਹਨਾ ਉਹਨਾਂ ਨੇ ਗੱਲਬਾਤ ਕੀਤੀ ਕਹਿੰਦੇ ਵੀ ਆ ਸ਼ੌਂਕੀ ਸਰਦਾਰ ਨੇ ਬੜਾ ਸੋਹਣਾ ਕੰਮ ਕੀਤਾ ਵੀ ਇਹਨੇ ਘੋੜੇ ਵਾਲਾ ਦੀ ਪੋਲ ਖੋਲਤੀ ਇਹ ਗੱਲ ਕਹੀ ਆ ਤੇ ਹੁਣ ਇਹ ਪੋਲ ਸੀ ਜਾਂ ਕੀ ਸੀ ਤਾਂ ਮੈਂ ਤੁਹਾਡੇ ਨਾਲ ਗੱਲ ਕਰਕੇ ਪਤਾ ਮੈਨੂੰ ਲੱਗਣਾ ਸੀ ਵੀ ਅਸਲ 'ਚ ਵੀ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਤੇ ਉਹ ਤੁਸੀਂ ਜਿਵੇਂ ਮੰਨ ਲਓ ਇੱਕ ਵਧੀਆ ਤਰੀਕੇ ਦੇ ਨਾਲ ਆਪਾਂ ਚਲੋ ਚੈਨਲ ਤੇ ਵੀਡੀਓ ਵੀ ਪਾਵਾਂਗੇ ਹੁਣ ਆਪਾਂ ਦਾ ਪਹਿਲਾਂ ਵੀ ਗੱਲੇ ਕਰੇ ਲਈ ਸੀ ਫੋਨ ਤੇ ਵੀ ਤੇ ਇਹੀ ਚੱਕਰ ਆ ਜੀ ਮੈਂ ਦੇਖੋ ਦੋਸਤੋ ਗੱਲ ਇੰਨੀ ਕਾ ਵੀ ਸਰਪੰਚ ਸਾਹਿਬ ਕੋਲੇ ਆਪਾਂ ਆਏ ਸੀਗੇ ਬੜੀਆਂ ਸੋਹਣੀਆਂ ਗੱਲਾਂ ਆਪਾਂ ਨੂੰ ਇਹਨਾਂ ਨੇ ਦੱਸਿਆ ਨੇ ਤੇ ਜਣਾਂ ਦੀ ਕੁੱਲ ਮਿਲਾ ਕੇ ਗੱਲ ਇੰਨੀ ਕਾ ਮੈਂ ਮੈਂ ਕਹਿੰਦੇ ਵੀਰੇ ਨੂੰ ਫਿਜ਼ੀਕਲੀ ਮਿਲਿਆ ਤਾਂ ਹੈ ਨਹੀਂ ਤੇ ਵੀਰੇ ਨਾਲ ਮਤਲਬ ਕਿ ਮੈਂ ਵੀਰੇ ਦੀ ਰਿਸਪੈਕਟ ਬਹੁਤ ਕਰਦਾ ਕਿਉਂਕਿ ਬੜੇ ਟਾਈਮ ਤੋਂ ਦੇਖਦਾ ਮੈਂ ਵੀਰੇ ਨੂੰ ਕਿਉਂਕਿ ਜੇ ਮੈਂ ਕਹ ਲਵਾਂ ਨਾ ਵੀ ਉਹ ਆਪਣੇ ਇਸ ਲਾਈਨ ਦੇ ਸੋਸ਼ਲ ਮੀਡੀਆ ਦੇ ਵਿੱਚ ਘੋੜਿਆਂ ਦੀ ਲਾਈਨ ਦੇ ਆਸਤਾਦ ਨੇ ਸੋਸ਼ਲ ਮੀਡੀਆ ਦੇ ਵਿੱਚ ਤੇ ਆਪਾਂ ਉਹਨਾਂ ਨੂੰ ਫੋਲੋ ਕਰਦਾ ਸੀ ਉਹਨਾਂ ਨੂੰ ਦੇਖ ਕੇ ਕਿਤੇ ਮੇਰੇ ਮਨ ਦੇ ਵਿੱਚ ਵੀ ਇਹ ਚੀਜ਼ ਪੈਦਾ ਹੋਈ ਸੀ ਵੀ ਯਾਰ ਘੋੜਿਆਂ ਦੇ ਉੱਤੇ ਜਾਂ ਆਪਣੇ ਕੁੱਤਿਆਂ ਦੇ ਉੱਤੇ ਜਾਂ ਜਿਹੜੇ ਲੋਕ ਪਿੰਡਾਂ ਦੇ ਵਿੱਚ ਮੱਝਾਂ ਗਾਂਵਾਂ ਦਾ ਵਪਾਰ ਕਰਦੇ ਨੇ ਉਹਨਾਂ ਦੇ ਉੱਤੇ ਮੈਂ ਵੀਡੀਓ ਬਣਾਵਾ ਕਿ ਤਨਾ ਕਿਤੇ ਆਪਣੇ ਜਿਹੜੇ ਸਮਾਜ ਦੇ ਵਿੱਚ ਇੱਕ ਸੇਧ ਜਾਵੇ ਵੀ ਭਾਈ ਆਪਾਂ ਉਰੇ ਬੈਠ ਕੇ ਵੀ ਵਧੀਆ ਕੰਮ ਕਰ ਸਕਦੇ ਆ ਪਰ ਮੈਨੂੰ ਥੋੜਾ ਜਿਹਾ ਪਰਸਨਲੀ ਮੈਨੂੰ ਵੀ ਕਿਤੇ ਨਾ ਕਿਤੇ ਉਹ ਚੀਜ਼ ਲੱਗੀ ਵੀ ਯਾਰ ਵੀਰੇ ਨੇ ਥੋੜਾ ਜਿਆਦਾ ਜਿਆਦਾ ਕਹ ਲੋ ਵੀ ਗਲਤ ਚੀਜ਼ ਪ੍ਰੋਡਿਊਸ ਕਰਤੀ ਵੀ ਇੰਨਾ ਇੰਨਾ ਮਾੜਾ ਘੋੜਿਆਂ ਦਾ ਕੰਮ ਹੈ ਨਹੀਂ ਐਨੇ ਮਾੜੇ ਜਿਹੜੇ ਘੋੜਿਆਂ ਵਾਲੇ ਉਹ ਖੁਦ ਆਪ ਵੀ ਹੈ ਨਹੀਂ ਕਿਉਂਕਿ ਦੇਖੋ ਇੱਕ ਦੋ ਕਿਤੇ ਬੱਟੇ ਆਪਾਂ ਸਾਰਿਆਂ ਨੂੰ ਇੱਕ ਰਸੇ 'ਚ ਨਹੀਂ ਬੰਨ੍ਹ ਸਕਦੇ ਤੇ ਸਰਪੰਚ ਸਾਹਿਬ ਜੀ ਕੋਈ ਲਾਸਟ ਤੇ ਕੋਈ ਗੱਲ ਮੈਂ ਗੱਲ ਕਹਿਣੀ ਚਾਹੁੰਦਾ ਜੀ ਬਈ ਸ਼ੌਕੀ ਸਰਦਾਰ ਚੈਨਲ ਹੁਣ ਪਿੱਛੇ ਐਨਾ ਚੱਲਿਆ ਜੀ ਹਰੇਕ ਬੰਦਾ ਇਹ ਕਹਿੰਦਾ ਸੀ ਬਈ ਉਹਨੂੰ ਬਲੱਕ ਇੰਟਰਵਿਊ ਕਰਾਓ ਜੇ ਤੁਸੀਂ ਘੋੜਾ ਪ੍ਰਮੋਟ ਕਰਨਾ ਹਾਂਜੀ ਬਿਲਕੁਲ ਜੀ ਇੰਨਾ ਮਤਲਬ ਕਿ ਚੈਨਲ ਚੱਲਿਆ ਹੁਣ ਇੱਕਦਮ ਆ ਕੇ ਤੁਸੀਂ ਜੀ ਇਹ ਤੁਸੀਂ ਮੈਂ ਪਹਿਲਾਂ ਵੀ ਚਲੋ ਉਹਨਾਂ ਨੂੰ ਕਹਿ ਕਹਿ ਚੁੱਕਿਆ ਇਹ ਗੱਲ ਇੱਕਦਮ ਤੁਸੀਂ ਇਹਦਾ ਸ਼ੌਕ ਤੇ ਸੱਟ ਮਾਰਨ ਵਾਲੀ ਗੱਲ ਹੈ ਹਾਂ ਜਿਹੜਾ ਨੌਜਵਾਨਾਂ ਦਾ ਸ਼ੌਕ ਆ ਖਤਮ ਕਰਨ ਵਾਲੀ ਗੱਲ ਆ ਜੇ ਆਪਾਂ ਕਹਿ ਦੋ ਜੀ ਇਹ ਤੁਸੀਂ ਕਿਸੇ ਕਿਸੇ ਗੱਲ ਨੂੰ ਜੋ ਕਹਿਣਾ ਉਹਨੂੰ ਕਿਸੇ ਤਰੀਕੇ ਨਾਲ ਦਾ ਕਹੋ ਨਾ ਹਾਂ ਜੀ ਠੀਕ ਆ ਆਪਾਂ ਕੋਈ ਕਿਸੇ ਦੀ ਪੋਲ ਖੋਲਣੇ ਉਹਦੇ ਕਿਸੇ ਤਰੀਕੇ ਨਾਲ ਕੋਈ ਪੋਲ ਖੋਲੋ ਆਪਾਂ ਤੁਸੀਂ ਸਾਰੇ ਘੋੜਿਆਂ ਨੂੰ ਹੁਣ ਤੱਕ ਫੇਰ ਗੱਲ ਸੁਣੋ ਐਨੇ ਚਰ ਦੀਆਂ ਮੰਡੀਆਂ ਚੱਲਦੀਆਂ ਐਨੇ ਚਰ ਦੇ ਘੋੜੇ ਵਿਕਦੇ ਆ ਠੀਕ ਆ ਸਾਰਾ ਕੁਝ ਆ ਆਪਾਂ ਇੰਨੀ ਛੇਤੀ ਗੱਲ ਨੂੰ ਐ ਨਹੀਂ ਕਰ ਸਕਦੇ ਹਾਂਜੀ ਉਹ ਕੋਈ 15 20 ਮਿੰਟ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਆnde ਜਿਹੜੇ ਘੋੜੇ ਰੱਖਣ ਵਾਲੇ ਆ ਕੋਈ ਬੋਲੇ ਕੋਈ ਨਾ ਬੋਲੇ ਲੋਕਾਂ ਦੇ ਮਨ ਤੇ ਗੈਰੀ ਸੱਟ ਲੱਗੀ ਐ ਇਸ ਗੱਲ ਦੀ ਹਾਂਜੀ ਜਿਹੜੇ ਲੋਕੇ ਦੇਖੋ ਵੇਚਣ ਵਾਲੇ ਇਹਨਾਂ ਦਾ ਸੌ ਪ੍ਰਾਲਾ ਕਰਨਾ ਹਾਂਜੀ ਤੁਸੀਂ ਮਤਲਬ ਤੁਸੀਂ ਸਮਾਜ 'ਚ ਚਲੋ ਜਿਹੜਾ ਚੈਨਲ ਚਲਾ ਰਹੇ ਹੋ ਤੁਸੀਂ ਜੇ ਸੁਧਾਰ ਕਰਨਾ ਤੁਸੀਂ ਲੋਕਾਂ ਨੂੰ ਕਹੋ ਵੀ ਭਾਈ ਤੁਸੀਂ ਝੂਠ ਨਾ ਬੋਲੋ ਜਾਂ ਤੁਸੀਂ ਬਾਜਬਰ ਕੋ ਗੱਲ ਬਾਕੀ ਸਭ ਨਾਲੋਂ ਆਪਾਂ ਇੱਕੋ ਗੱਲ ਸਾウਦੀ ਇੱਕ ਗੱਲ ਚ ਮਕਾਉਨੇ ਆ ਜੀ ਬੇ ਜਿਹਨੂੰ ਸਮਝ ਆ ਉਹ ਕਦੇ ਮਾਰ ਨਹੀਂ ਸਕਦਾ ਬਿਲਕੁਲ ਜੀ ਜਿਹਨੇ ਆਪਾਂ ਸ਼ੌਕ ਪਿੱਤਾ ਕੋਈ ਵੀ ਹੋਵੇ ਹਾਂ ਉਹਨੇ ਜਿਹਨੇ ਅੱਜ ਸ਼ੌਕ ਕਰਨਾ ਕੱਲ ਨੂੰ ਬਿਜ਼ਨਸ ਕਰੇ ਤਾਂ ਵੀ ਕੋਈ ਮਾਰਣਾ ਨਹੀਂ ਜੀ ਪਰ ਨਵਾਂ ਬੰਦਾ ਸਿੱਧਾ ਡਾਇਰੈਕਟ ਜਿਹੜਾ ਜੇ ਹੁਣ ਕਿਸੇ ਨੂੰ ਦੇਖ ਕੇ ਬੰਦਾ ਘੋੜੇ ਰੱਖ ਲਵੇ ਫਿਰ ਉਹਦੇ ਚ ਕਿਸੇ ਦਾ ਕਿਹ ਕਸੂਰ ਆ ਭਾਈ ਉਹ ਭਾਵੇਂ ਘੋੜਿਆਂ ਦਾ ਕੰਮ ਆ ਭਾਵੇਂ ਮੱਝਾਂ ਦਾ ਕੰਮ ਆ ਭਾਵੇਂ ਕਾਰਾਂ ਦਾ ਕੰਮ ਆ ਸੈਕਨਡਰ ਨਾ ਕੋਈ ਵੀ ਕੰਮ ਆ ਜਿਹੜਾ ਬਿਨਾਂ ਗਿਆਨ ਤੋਂ بڑੂਗਾ ਉਹ ਮਰੂ بڑੂ ਗਈ ਹੁਣ ਇੱਕ ਚੈਨਲ ਦੋ ਤਿੰਨ ਪਿੱਛੇ ਚੈਨਲ ਤੇ ਚੱਲ ਰਿਹਾ ਸੀ ਲੋਕਾਂ ਨੇ ਇੱਕ ਗੇਮ ਬਣਾਈ ਹੋਈ ਆ ਮੱਝਾਂ ਵਾਲਿਆਂ ਨੂੰ ਘੋੜਿਆਂ ਵਾਲਿਆਂ ਚ ਲਜਾਉਣ ਲੱਗੇ ਤੁਸੀਂ ਨਾ ਦੇਖੀ ਹੋਵੇ ਉਹਨਾਂ ਨੂੰ ਵੀ ਆ ਘੋੜਾ ਆਪਾਂ ਨੇ ਅੱਗੇ ਦੇਣਾ ਉਹ ਸਾਰੀ ਗੱਲ ਲੰਮੀ ਆ ਵੀ ਫਰਾਡ ਸਿਸਟਮ ਹਾਂਜੀ ਫਿਰ ਜੇ ਅਖੀਰ ਨੂੰ ਆਪਾਂ ਉਹਦਾ ਤੱਤ ਕੱਢੀਏ ਹਾਂਜੀ ਤੱਤ ਤਾਂ ਇਹ ਨਿਕਲਦਾ ਨਾ ਉਹ ਬੰਦਾ ਲਾਲਚ ਚ ਫਸ ਗਿਆ ਨਾ ਬਿਲਕੁਲ ਜੀ ਲਾਲਚ ਚ ਫਸ ਗਿਆ ਵੀ ਮੈਨੂੰ ਪੈਸੇ ਆ ਜਾਣਗੇ ਜੀ ਜੇ ਤੁਸੀਂ ਮਤਲਬ ਕਿ ਉਹਨੇ ਕੋਈ ਵੀ ਗੇਮ ਪਾਈ 2 ਲੱਖ ਆਪਣੇ ਕੋਲ ਤੇ ਦੇ ਦਿੱਤਾ ਵੀ ਆ ਘੋੜਾ ਆਪਾਂ ਨੇ ਉਹ ਬੰਦੇ ਨੂੰ ਇੰਨੇ ਦਾ ਦੇਣਾ ਹੈ ਠੀਕ ਆ ਵੀ ਹੁਣ ਤੂੰ ਦੋ ਦਿਨ ਆਪਣੇ ਘਰ ਬੰਨ ਲਾ ਇਹ ਚੱਲਦਾ ਚੈਨਲ ਤੇ ਪਰ ਗੱਲ ਤਾਂ ਫਿਰ ਲਾਲਚ ਵਾਲੀ ਆ ਗਈ ਲਾਲਚ ਵਾਲੀ ਆ ਗਈ ਹਾਂਜੀ ਜੇ ਅਸੀਂ ਸਾਡਾ ਸਾਡਾ ਦਾ ਸਨੇਹਾ ਦੇਣਾ ਇਹ ਬਣਦਾ ਵੀ ਭਾਈ ਇਸ ਸ਼ੌਂਕ ਨੂੰ ਅਨ ਧਿਆਨ ਪੂਰਵਕ ਰੱਖ ਕੇ ਕੰਮ ਕਰੋ ਜੀ ਤਾਂ ਸੋ ਸਮਝ ਕੇ ਅੱਗੇ ਜਿਹੜਾ ਸਟੈਪ ਲੈਣਾ ਹੈ ਵੀ ਉਹਦੇ ਤੁਸੀਂ ਕੱਲ ਨੂੰ ਪਛਤਾਉਂਦਾ ਐਨੀ ਗੱਲ ਆ ਸਾਡੀ ਕਹਿਣ ਦੀ ਬਣ ਬਸ ਇੰਨਾ ਕਹਿੰਦਾ ਹੋਏ ਮੈਂ ਆਹੀ ਗੱਲ ਦੁਬਾਰਾ ਰਿਪੀਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਆਪਣੀ ਇਹ ਸਾਰੀ ਜਿਹੜੀ ਗੱਲਬਾਤ ਅੱਜ ਹੁਣ ਕਰੀ ਗਿਆ ਤੇ ਮੁੱਖ ਦੀ ਗੱਲ ਇਹ ਹੀ ਆ ਵੀ ਮੈਂ ਸ਼ੌਂਕੀ ਸਰਦਾਰ ਵੀਰ ਨੂੰ ਬੇਨਤੀ ਕਰੂੰਗਾ ਵੀ ਜੇ ਕਿਸੇ ਨਾਲ ਉਹਨਾਂ ਦੀ ਆਪਸੀ ਰੰਜਿਸ਼ ਹੈਗੀ ਆ ਤਾਂ ਉਹ ਸਾਰੇ ਘੋੜਿਆਂ ਵਾਲਿਆਂ ਨੂੰ ਜਾਂ ਸਾਰੇ ਜਿਹੜੇ ਇਸ ਘੋੜਾ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਚਾਹੇ ਉਹ ਪੁਰਾਣੇ ਨੇ ਚਾਹੇ ਉਹ ਨਵੇਂ ਨੇ ਚਾਹੇ ਉਹ ਵੱਡੇ ਨੇ ਚਾਹੇ ਉਹ ਛੋਟੇ ਨੇ ਸਾਰਿਆਂ ਨੂੰ ਟਾਰਗੇਟ ਨਾ ਕਰੇ ਮੇਰਾ ਵੀਰ ਕਿਉਂਕਿ ਜਾਂ ਤਾਂ ਕਿਸੇ ਦਾ ਨਾਂ ਲੈ ਕੇ ਜਿਹੜੇ ਪੰਜ ਚਾਰ ਬੰਦੇ ਜਿਨ੍ਹਾਂ ਨੇ ਉਹਨਾਂ ਦਾ ਮਾਰਾ ਕੀਤਾ ਜਾਂ ਕੁਝ ਇਹੋ ਜਿਹਾ ਕਰਿਆ ਉਹਨਾਂ ਨੂੰ ਪੰਜ ਚਾਰ ਬੰਦਿਆਂ ਨੂੰ ਨਾਂ ਲੈ ਕੇ ਕੋਈ ਵੀਡੀਓ ਪਾ ਦੇਵੇ ਸੋ ਬਸ ਇੰਨੀ ਕੁ ਬੇਨਤੀ ਆ ਤੇ ਹਾਂ ਜੇ ਕਿਸੇ ਭੈਣ ਭਰਾ ਨੇ ਕੋਈ ਜਿਹਨੇ ਕੋਈ ਘਰੇ ਆਪਣਾ ਕਿਰਤ ਵਿਰਤ ਕੋਈ ਬੰਦਾ ਕਰਦਾ ਭਾਵੇਂ ਉਹ ਡੰਗਰ ਬੱਚੇ ਦੀ ਕਰਦਾ ਹੋਵੇ ਭਾਵੇਂ ਕੋਈ ਕੁੱਤਿਆਂ ਦਾ ਵਪਾਰੀ ਹੋਵੇ ਜਿਹੜਾ ਸੋਹਣੇ ਲੈਵਲ ਤੇ ਕਰਦਾ ਭਾਵੇਂ ਘੋੜਿਆਂ ਦਾ ਕਰਦਾ ਹੋਵੇ ਉਹ ਮੈਨੂੰ ਫੇਸਬੁੱਕ ਤੇ ਮੈਸੇਜ ਕਰ ਲਵੇ ਫੇਸਬੁੱਕ ਤੇ ਆਪਣਾ ਸੇਮ ਚੈਨਲ ਆ ਮੁਸਾਫਿਰ ਬਾਦ ਸਿੰਘ ਇੰਸਟਾਗ੍ਰam ਤੇ ਵੀ ਆਪਣੀ ਸੇਮ ਆਈਡੀਆ ਮੈਂ ਥੱਲੇ ਵੈਸੇ ਲਿੰਕ ਵੀ ਪਾ ਦੂੰਗਾ ਤੇ ਜਿਹਨੇ ਮੈਨੂੰ ਕੰਟੈਕਟ ਕਰਨਾ ਕੰਟੈਕਟ ਕਰ ਲਿਓ ਤੇ ਮੈਂ ਸਰਪੰਚ ਸਾਹਿਬ ਦਾ ਨੰਬਰ ਆ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੂੰਗਾ ਤੇ ਉੱਪਰ ਵੀ ਦੇ ਦੂੰਗਾ ਤੇ ਜੇ ਕਿਸੇ ਨੂੰ ਕੋਈ ਆਪਣੀ ਨਿੱਜੀ ਗੱਲ ਕਰਨੀ ਹੋ ਸਰਪੰਚ ਸਾਹਿਬ ਦੇ ਨਾਲ ਕੋਈ ਘੋੜਿਆਂ ਦਾ ਕਿਰਤ ਕੰਮ ਨਵਾਂ ਜਾਂ ਕੋਈ ਇਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦਾ ਜਾਂ ਪੁਰਾਣਾ ਚੱਲ ਰਿਹਾ ਵੀ ਸ਼ਾਇਦ ਉਹਨੂੰ ਕਿਤੇ ਨਾ ਕਿਤੇ ਲੱਗ ਰਿਹਾ ਵੀ ਮੈਂ ਡਾਵਾ ਡੋਲ ਹੋ ਰਿਹਾ ਤਾਂ ਉਹ ਇਹਨਾਂ ਦੇ ਨਾਲ ਵਧੀਆ ਤਜਰਬੇਦਾਰ ਗੱਲਾਂ ਸ਼ੇਅਰ ਕਰ ਸਕਦਾ ਕਿਉਂਕਿ ਇਹਨਾਂ ਕੋਲੇ ਬੜਾ ਲੰਬੇ ਸਮੇਂ ਦਾ ਤਜਰਬਾ ਤੇ ਚਲੋ ਆਪਾਂ ਇੱਥੇ ਕਰਦੇ ਹਾਂ ਵੀਡੀਓ ਨੂੰ ਸਮਾਪਤ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਵਾਹਿਗੁਰੂ ਜੀ ਕੀ ਫਤਿਹ